ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਬੜਾ ਅਹਿਮ ਸਬਜੈਕਟ ਹੈ। ਪਿਛਲੇ ਅੱਜ ਤੋਂ ਨਹੀਂ 3 ਦਹਾਕਿਆਂ ਤੋਂ ਤਕਰੀਬਨ ਜਿਹੜਾ ਜੀ ਇਹ ਮੁੱਦਾ ਚੱਲਦਾ ਰਿਹਾ, ਇਹ ਸਬਜੈਕਟ ਜਿਹੜਾ ਉਹ ਚੱਲਦਾ ਰਿਹਾ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਤਾਂ ਕਿਉਂਕਿ ਘੱਲੂਘਾਰਾ ਸਪਤਾਹ ਜਿਹੜਾ ਜੀ ਉਹ ਲੰਘ ਕੇ ਗਿਆ, ਉਹਦੇ ਕਰਕੇ ਇਹ ਚਰਚਾ ਦੇ ਵਿੱਚ ਆਇਆ। ਪਿਛਲੇ ਦਿਨੀ ਪੰਜਾਬ ਪੁਲਿਸ ਦੇ ਮੁਖੀ KPS ਗਿੱਲ ਹੋਰਾਂ ਦੀ ਜਿਹੜੀ ਮੌਤ ਹੋਈ ਉਹਦੇ ਕਰਕੇ ਵੀ ਇਹ ਚਰਚਾ ਦਾ ਵਿਸ਼ਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇੱਕ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਆਈ ਜਿਹੜੀ ਕਿ ਉਹਨਾਂ ਦੀ ਕਿਤਾਬ ਦੇ ਵਿੱਚ ਦਰਜ ਹੈ, ਜਿਹਨੇ ਇਸ ਚੀਜ਼ ਨੂੰ ਦੁਬਾਰਾ ਫਿਰ ਜਿਹੜਾ ਜੀ ਉਹ ਉਭਾਰ ਦਿੱਤਾ ਕਿ 21 ਦੇ ਕਰੀਬ ਪੰਜਾਬ ਦੇ ਜਿਹੜੇ ਨੌਜਵਾਨ ਸਨ ਉਹਨਾਂ ਨੇ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ ਸਨ, ਪਰ ਬਾਅਦ ਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਮਾਰ ਦਿੱਤਾ ਗਿਆ, ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਕਿਹਨੇ ਮਾਰਿਆ, ਕਿਵੇਂ ਮਾਰਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਸਮੇਂ ਦੇ ਗਰਭ ਦੇ ਵਿੱਚ ਛੁਪੀਆਂ ਹੋਈਆਂ ਨੇ। ਨਾ ਤਾਂ ਇਹਨਾਂ ਜਿਹੜੀਆਂ 21 ਜਾਣਿਆਂ ਦੀ ਗੱਲ ਸੀ ਉਹ ਅੱਗੇ ਤੁਰੀ, ਨਾ ਕਿਸੇ ਨੇ ਪੁੱਛਿਆ ਕਿ ਕਿਹਨੇ ਫੜ ਕੇ ਦਿੱਤੇ ਸੀ, ਕਿਵੇਂ ਫੜੇ ਸੀਗੇ, ਅੱਗੋਂ ਕਿਹੜੇ ਤਰੀਕੇ ਨਾਲ ਉਹ ਪ੍ਰਧਾਨ ਮੰਤਰੀ ਤੱਕ ਪਹੁੰਚੇ, ਅਤੇ ਪ੍ਰਧਾਨ ਮੰਤਰੀ ਹੋਰਾਂ ਨੇ ਅੱਗੋਂ ਕਿਹਨੂੰ ਦਿੱਤਾ, ਕਿਉਂਕਿ ਪ੍ਰਧਾਨ ਮੰਤਰੀ ਤਾਂ ਉਹ ਇਸ ਵੇਲੇ ਦੁਨੀਆ ਦੇ ਵਿੱਚ ਹੈ ਨਹੀਂ। ਇੱਕ ਗੱਲ ਜਿਹੜੀ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਮੈਂ ਹਮੇਸ਼ਾ ਉਭਾਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਕੰਮ ਕਰਦੇ ਲੋਕ ਨੇ, ਹਿਊਮਨ ਰਾਈਟਸ ਦੇ ਵਾਸਤੇ ਲੜਦੇ ਲੋਕ ਨੇ, ਉਹਨਾਂ ਦੀ ਗਿਣਤੀ ਦਿਨ ਬ ਦਿਨ ਜਿਹੜੀ ਉਹ ਘਟਦੀ ਤੁਰੀ ਜਾ ਰਹੀ ਹੈ। ਕੋਈ ਨਾ ਕੋਈ ਕਾਰਨ ਹੈ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੀਆਂ ਜਥੇਬੰਦੀਆਂ ਚੁੱਪ ਕਰਵਾ ਦਿੱਤੀਆਂ ਗਈਆਂ ਨੇ, ਮਨੁੱਖੀ ਅਧਿਕਾਰਾਂ ਦੇ ਵਾਸਤੇ ਸੰਘਰਸ਼ ਕਰਦੇ ਲੋਕ ਦਬਾ ਲਏ ਗਏ ਨੇ, ਡਰਾ ਲਏ ਗਏ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਤਕਰੀਬਨ ਖਾਤਮੇ ਦੇ ਕੰਢੇ 'ਤੇ ਨੇ। ਪਰ ਗੁਰਬਾਣੀ ਕਹਿੰਦੀ ਹੈ ਕਿ ਕੋਈ ਹਰਿਆ ਬੂਟ ਰਹੇ ਰਹੀ, ਅਜੇ ਵੀ ਕੁਛ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਨਿਰੰਤਰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਤੁਰੇ ਆ ਰਹੇ ਨੇ। ਇਸੇ ਤਰ੍ਹਾਂ ਦੀ ਇੱਕ ਸ਼ਖਸੀਅਤ ਅੱਜ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਗੱਲ ਕਰੇਗੀ, ਔਰ ਤੁਹਾਨੂੰ ਵੀ ਮੌਕਾ ਦੇਵਾਂਗੇ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਟੈਲੀਫੋਨ ਦੇ ਰਾਹੀਂ ਆਪਣੀ ਹਾਜ਼ਰੀ ਲਵਾ ਸਕੋਗੇ। ਸਤਵੰਤ ਸਿੰਘ ਮਾਣਕ ਹੋਰੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ। ਮਾਣਕ ਸਰ, ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿਉਂਕਿ ਬਜਾਏ ਇਹਦੇ ਕਿ ਮੈਂ ਇੰਨਾ ਚਾਹਾਂ ਕਿ 1985 ਦੇ ਵਿੱਚ ਤੁਸੀਂ ਪੰਜਾਬ ਪੁਲਿਸ ਜਿਹੜੀ ਸੀ ਉਹ ਜੁਆਇਨ ਕੀਤੀ ਜੀ, ਕਿੰਨਾ ਸਮਾਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਰਹੇ ਔਰ ਕਿਹੜੇ ਅਹੁਦੇ 'ਤੇ ਰਹੇ, ਤਕਰੀਬਨ ਕਿੱਥੇ ਕੁ ਡਿਊਟੀ ਰਹੀ ਤੁਹਾਡੀ? ਅੱਛਾ ਜੀ, ਮੈਂ 31 85 ਨੂੰ ਭਰਤੀ ਹੋਇਆ ਸੀਗਾ ਜੀ। ਤਕਰੀਬਨ ਮੈਂ 6 ਸਾਲ ਦਾ ਜੱਜਾਂ ਨਾਲ ਗਨਮੈਨ ਰਿਹਾ ਜੀ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਿਟੀ ਮੋਗਾ, CI ਮੋਗਾ, ਮਹਿਣਾ ਥਾਣਾ ਮਹਿਣਾ, ਇੱਥੇ ਵੀ ਡਿਊਟੀ ਕੀਤੀ ਹੈ। ਇਹ ਜਿਹੜੀ ਮੈਂ ਮੁਕਾਬਲਿਆਂ ਦੀ ਆਵਾਜ਼ ਉਠਾਈ ਹੈ, ਇਹ ਸਾਰੇ CI ਸਟਾਫ ਮੋਗਾ ਦੇ ਵਿੱਚ ਹੋਏ। 91, 92, 93 ਤੱਕ ਤੁਸੀਂ ਫਿਰ ਨੌਕਰੀ 'ਚ ਰਹੇ? ਹਾਂਜੀ, ਨੌਕਰੀ 93 ਤੱਕ ਰਹੇ। ਇਹ ਜਿਹੜੀ ਸਤਵੰਤ ਸਿੰਘ ਜੀ, ਜਿਹੜੀ ਐਕਚੁਅਲੀ ਕਿੱਥੋਂ ਇਹ ਗੱਲ ਜਿਹੜੀ ਹੈ ਜੀ ਉਹ ਸ਼ੁਰੂ ਹੁੰਦੀ ਆ, ਕਿਉਂਕਿ ਤੁਹਾਡੇ ਬਾਰੇ ਸਾਰਾ ਕੁਝ ਜਾਣਦੇ ਨੇ, ਬਹੁਤ ਸਾਰੇ ਲੋਕ ਜਿਹੜਾ ਉਹ ਜਾਣਦੇ ਨੇ ਕਿ ਸਤਵੰਤ ਸਿੰਘ ਮਾਣਕ ਕੌਣ ਹੈ, ਉਹਨੇ ਕਿਵੇਂ ਆਵਾਜ਼ ਜਿਹੜੀ ਸੀ ਉਹ ਬੁਲੰਦ ਕੀਤੀ ਔਰ ਅੱਜ ਇਸ ਲੜਾਈ ਨੂੰ ਕਿਸ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਉਹ ਲੈ ਗਏ, ਕਿਉਂਕਿ ਅਦਾਲਤਾਂ ਦੇ ਵਿੱਚ ਲੜਾਈ ਲੜਨੀ, ਇੰਨੀ ਲੰਬੀ ਲੜਾਈ ਲੜਨੀ ਕੋਈ ਸੌਖੀ ਗੱਲ ਨਹੀਂ ਹੈਗੀ। ਇੱਕ ਤਾਂ ਪਹਿਲਾਂ ਆਪਾਂ ਇੱਥੋਂ ਜਿਹੜੀ ਜੀ ਸ਼ੁਰੂ ਕਰੀਏ, ਕਿੱਥੋਂ ਇਹ ਤੁਹਾਨੂੰ ਲੱਗਿਆ ਕਿ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਨੌਕਰੀ ਨੂੰ ਜਿਹੜਾ ਜੀ ਉਹ ਲੱਤ ਮਾਰ ਕੇ ਪਾਸੇ ਕਰਕੇ ਨੌਕਰੀ ਨੂੰ ਤੁਸੀਂ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜਿਹੜੇ ਕਿ ਤੁਸੀਂ ਇਹ ਕਹਿ ਲਓ ਕਿ ਫੂਕ ਦਿੱਤੇ ਗਏ ਅਣਪਛਾਤੀਆਂ ਲਾਸ਼ਾਂ ਕਹਿ ਕੇ, ਕਦੋਂ ਇਹਦੀ ਕਦੋਂ ਤੁਹਾਨੂੰ ਲੱਗਿਆ ਕਿ ਬਹੁਤ ਗਲਤ ਹੋ ਰਿਹਾ? ਇਹ ਸਨ 91 ਦੀ ਗੱਲ ਆ ਜੀ। ਵਾਸੀ ਪਿੰਡ ਘੁਮਿਆਰਾ ਤੋਂ ਇੱਕ ਕੁਲਵੰਤ ਸਿੰਘ ਕੰਤਾ ਮੁੰਡਾ ਸੀਗਾ ਜੀ, ਉਹ ਮੈਟ੍ਰਿਕ ਪਾਸ ਸੀ, 15-16 ਸਾਲ ਦੀ ਉਮਰ ਸੀ, ਅਤੇ ਉਹ ਬਾਹਰੋਂ ਕੋਈ ਬੰਦੇ ਆਏ ਅਤੇ ਉਹਨੂੰ ਕਹਿੰਦੇ ਵੀ ਸਾਨੂੰ ਪਿੰਡ ਲੰਘਾਇਆ। ਉਹਨੇ ਗੇਟ ਖੋਲ੍ਹਿਆ ਅਤੇ ਪਿੰਡ ਲੰਘਾਉਣ ਚਲੇ ਗਿਆ ਉਹਨਾਂ ਨੂੰ। ਰਸਤੇ ਦੇ ਵਿੱਚ ਪਿੰਡ ਦੇ ਲੋਕਾਂ ਨੇ ਵੇਖ ਲਿਆ ਵੀ ਹਰੀ ਸਿੰਘ ਆ ਕੰਤਾ ਵੀ ਰਾਤ ਨਾਲ ਸੀਗਾ। ਉਹ ਕਿਸੇ ਨੇ ਸ਼ਿਕਾਇਤ ਕਰਤੀ ਵੀ ਕੰਤਾ ਖਾੜਕੂਆਂ ਦੇ ਨਾਲ ਮਿਲਿਆ। ਇਹ 91 ਦੀ ਗੱਲ ਹੈ। ਉਸ ਤੋਂ ਬਾਅਦ ਕੀ ਹੋਇਆ, ਫਰੀਦਕੋਟ CI ਸਟਾਫ ਵਾਲੇ ਲੈ ਕੇ ਚੱਕ ਕੇ ਉਹਨੂੰ, ਉਹ ਤੋਂ ਪੁੱਛਗਛ ਕੀਤੀ ਅਤੇ ਉਹਨਾਂ ਨੇ ਸੋਚਿਆ ਕੋਈ ਵਧੀਆ ਅਫਸਰ ਵੀ ਹੁੰਦੇ ਆ ਮੇਰੇ ਕੋਲ, ਮਾੜੇ ਵੀ ਨਹੀਂ ਗਏ। ਅੱਛਾ ਜੀ, ਉਹਨਾਂ ਨੇ ਸੋਚਿਆ ਵੀ ਬੱਚਾ ਹੈਗਾ ਵੀ ਉਹਨਾਂ ਨੇ ਗੇਟ ਖਿਲਾਇਆ ਅਤੇ ਇਹ ਪਿੰਡ ਲੰਘਾਇਆ, ਕੋਈ ਐਡਾ ਗੁਨਾਹ ਤਾਂ ਹੈ ਨਹੀਂ, ਉਹਨਾਂ ਨੇ ਛੱਡਤਾ ਜੀ। ਉਹ ਜਿਹੜੇ ਪਿੰਡ ਦੇ ਵਿੱਚ ਕਈ ਬੰਦੇ ਲਾਗਤਬਾਜ਼ੀ ਵਾਲੇ ਵੀ ਹੁੰਦੇ ਆ, ਉਹ CI ਸਟਾਫ ਮੋਗਾ ਨੂੰ ਮਤਲਬ ਉਹਨਾਂ ਸ਼ਿਕਾਇਤ ਕਰਤੀ।
ਮੋਗਾ ਨੇ ਜਦੋਂ ਰੇਡ ਕੀਤਾ ਇਹਦੀ ਭੂਆ ਦਾ ਪਿੰਡ ਸੀ ਠੱਠਾ ਕਿਸ਼ਨ ਸਿੰਘ ਵਾਲਾ ਜੀ। ਉਹ ਠੱਠਾ ਕਿਸ਼ਨ ਸਿੰਘ ਵਾਲੇ ਫੋਨ ਨੂੰ ਸਵਿੱਚ ਆਫ ਜਿਹੜਾ ਜੀ ਉਹ ਕਰ ਲੈਣਾ। ਸਤਵੰਤ ਸਿੰਘ ਮਾਨਕੁਰੀ ਇਸ ਵੇਲੇ ਸਾਡੇ ਨਾਲ ਗੱਲਬਾਤ ਜਿਹੜਾ ਕਰ ਰਹੇ ਨੇ, ਗੱਲਬਾਤ ਅਸੀਂ ਉਹਨਾਂ ਦੇ ਨਾਲ ਜਿਹੜੀ ਕਰ ਰਹੇ ਹਾਂ ਜਿਹੜੇ ਮੁਕਾਬਲੇ ਪੰਜਾਬ ਦੇ ਵਿੱਚ ਹੁੰਦੇ ਰਹੇ ਨੇ। ਅੱਛਾ, ਫਿਰ ਉਹਦਾ ਜਿਹੜਾ ਜੀ ਕੀ ਹੋਇਆ ਜਿਹੜੀ ਕੰਤੇ ਦੀ ਗੱਲ ਕਰ ਰਹੇ? ਠੱਠਾ ਕਿਸ਼ਨ ਸਿੰਘ ਵਾਲਾ ਜਦੋਂ ਅਸੀਂ ਪਹੁੰਚੇ, ਸੁਬਾਹ ਦਾ ਟਾਈਮ ਸੀ, 5-6 ਸਾਢੇ ਇੱਕ ਦੇ ਟਾਈਮ ਸੀ, ਸਿਆਲ ਦੇ ਦਿਨ ਸੀ। ਉਹ ਜਦੋਂ ਆਵਾਜ਼ ਮਾਰੀ ਵੀ ਕੁਲਵੰਤ ਸਿੰਘ ਕੰਤਾ ਕੌਣ ਆ, ਉਹ ਕਹਿੰਦਾ ਮੈਂ ਆ। ਉਹਨੂੰ ਫੜਿਆ ਅਤੇ ਕੈਂਟਰ 'ਚ ਬਾ ਲਿਆ, ਕੈਂਟਰ 'ਚ ਬਾ ਲਿਆ ਅਤੇ ਨਾਲ ਮੇਰੀ ਵੀ ਹਾਜ਼ਰੀ ਸੀ, ਮੈਂ ਵੀ ਨਾਲ ਗਿਆ ਸੀ। ਅਤੇ ਮੈਂ ਉਹਨੂੰ ਰਸਤੇ 'ਚ ਪੁੱਛਿਆ ਵੀ ਤੇਰੀ ਕਿਹੜਾ ਮੱਥੇ 'ਤੇ ਲਿਖਿਆ ਸੀ ਕੁਲਵੰਤ ਸਿੰਘ ਕੰਤਾ, ਤੂੰ ਨਾਂ ਦੱਸਦਾ? ਅਤੇ ਇੱਥੇ ਤਾਂ ਤੂੰ ਜਿੱਥੇ ਆ ਗਿਆ ਇੱਥੇ ਵਾਪਸ ਨਹੀਂ ਜਾਣ ਦੇਣਾ ਤੈਨੂੰ। ਉਹ ਮੈਨੂੰ ਆਉਂਦਾ, ਅੰਕਲ ਜੀ ਮੈਂ ਕਿਹੜਾ ਕੋਈ ਗਲਤੀ ਕੀਤੀ, ਅੱਗੇ ਮੈਨੂੰ CI ਫਰੀਦਕੋਟ ਨੇ ਛੱਡ ਹੀ ਦਿੱਤਾ ਅਤੇ ਤੈਨੂੰ ਆਪ ਹੀ ਦਿੰਦਾ, ਮੈਂ ਕਿੰਨੀ ਗਲਤੀ ਜਾਣਾ? ਅਤੇ ਲਵਾ ਜਿਹਾ ਬੱਚਾ ਸੀ ਅਜੇ। ਅਤੇ ਪੁਲਿਸ ਨੇ CI ਸਟਾਫ ਮੋਗਾ ਨੇ ਉਹਨੂੰ 9 ਤਰੀਕ ਤੋਂ ਲਿਆਂਦਾ ਅਤੇ 12 ਤਰੀਕ ਤੱਕ ਇੰਟਰੋਗੇਸ਼ਨ ਕੀਤਾ। ਫਿਰ ਰਾਤ ਨੂੰ ਉਸਦਾ ਮੁਕਾਬਲਾ ਬਣਾਤਾ ਬਦਰੀ ਨਹਿਰ ਦੇ ਨਾਲ, ਇੱਕ ਸੇਮਨਾਲਾ ਪੈਂਦਾ। ਉਦੋਂ ਜਦੋਂ ਮੁਕਾਬਲਾ ਬਣਾਇਆ ਉਦੋਂ ਤੁਸੀਂ ਨਾਲ ਸੀ? ਉਦੋਂ ਮੇਰੇ ਨਾਲ, ਮੇਰੇ ਕੋਲ ਹੱਥ ਕੜੀ ਸੀ ਉਦੋਂ। ਸਤਵੰਤ ਸਿੰਘ ਜੀ, ਕਿਹਾ ਜਾਂਦਾ ਕਿ ਉਹ ਖਾਸ ਬੰਦਿਆਂ ਨੂੰ ਲਿਜਾਂਦੇ ਸੀਗੇ ਮੁਕਾਬਲੇ ਦੇ ਟਾਈਮ ਦੇ ਉੱਤੇ, ਤੁਸੀਂ ਖਾਸ 'ਚੋਂ ਆਉਂਦੇ ਸੀ, ਤੁਹਾਨੂੰ ਕਿਵੇਂ ਨਾਲ? ਨਹੀਂ ਨਹੀਂ, ਖਾਸ ਨੂੰ ਉੱਥੇ ਤਾਂ ਡਿਊਟੀ ਦੇ ਮੁਤਾਬਕ ਜਾਣਾ ਪੈਂਦਾ। ਅੱਛਾ, ਖਾਸ ਆਮਦਨੀ ਗੱਲ ਸੀ ਅਤੇ ਕਿਉਂਕਿ ਜਿਹੜੇ ਗੋਲੀਆਂ ਮਾਰਨ ਵਾਲੇ ਖਾਸ ਹੁੰਦੇ ਸੀਗੇ, ਕਿਉਂਕਿ ਜਿਨ੍ਹਾਂ ਨੇ ਤਰੱਕੀ ਲੈਣੀ ਹੁੰਦੀ ਸੀ, ਮੋਢਿਆਂ 'ਤੇ ਲਾਲ ਫੀਤੀਆਂ ਲਾਉਣੀਆਂ, ਸਟਾਰ ਲਾਉਣੇ, ਉਹ ਖਾਸ ਬੰਦੇ ਹੁੰਦੇ ਸੀਗੇ ਅਤੇ ਸਾਡੇ ਵਰਗੇ ਤਾਂ ਹੱਥ ਕੜੀ ਜਾਂ ਪਹਿਰੇ ਦੇਣ ਵਾਲੇ ਹੁੰਦੇ ਸੀਗੇ ਅਤੇ ਉਹ ਮੇਰੇ ਕੋਲ ਹੱਥ ਕੜੀ ਸੀਗੀ। ਉਹ ਜਾਣ ਲੱਗਾ ਅਤੇ ਉਹ ਕਹਿੰਦਾ ਵੀ ਚੰਗਾ ਭਰਾਓ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਉਹਨੇ ਫਤਿਹ ਬੁਲਾਈ ਅਤੇ ਮੈਂ ਉਹਦੀ ਫਤਿਹ ਦਾ ਜਵਾਬ ਫਤਿਹ ਦਿੱਤਾ ਅਤੇ ਮੈਨੂੰ ਇੰਸਪੈਕਟਰ ਗੁਰਮੀਤ ਸਿੰਘ ਟੋਲਾ ਅਤੇ ਇੱਕ ਹੋਰ ਅਫੀਸਰ ਸੀ ਗੁਰਚਰਨ ਸਿੰਘ, ਉਹ ਮੈਨੂੰ ਕਹਿੰਦੇ ਵੀ ਸਾਲਾ ਨਿਹੰਗਾਂ ਹੋਵੇ ਤਾਂ ਅਤੇ ਤੂੰ ਕਾਹਤੋਂ ਜਵਾਬ ਦਿੱਤਾ ਜਦੋਂ ਅਸੀਂ ਨਹੀਂ ਬੋਲੇ? ਅਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਅਤੇ ਫਤਿਹ ਤਾਂ ਗੁਰੂ ਦੀ ਹੈ, ਮੈਂ ਜਵਾਬ ਦਿੱਤਾ ਫਿਰ ਕਿ ਤੁਸੀਂ ਜਿਹੜਾ ਕੰਮ ਕਰਨਾ ਸੀ ਕਰਤਾ। ਉਹਨੂੰ ਪਤਾ ਲੱਗ ਗਿਆ ਸੀ ਮੈਨੂੰ ਮਾਨ ਲੱਗੇ ਨੇ? ਹਾਂਜੀ 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 ਹਾਂਜੀ। ਅਤੇ ਉਹਨੇ ਮੈਨੂੰ ਕਿਹਾ ਸੀ ਮੇਰੇ ਬਾਈ ਘਰੇ ਜਿਹਨੇ ਪਹੁੰਚਾ ਦੇ, ਮੈਂ ਪਹੁੰਚਾ ਦੂੰਗਾ। ਉਹ ਤੁਹਾਡੇ ਸਾਹਮਣੇ ਹੁਣ ਬੈਠਾ, ਦੱਸਿਆ ਪਹੁੰਚਾਈ ਜਾਂ ਨਹੀਂ। ਅਤੇ ਬਾਕੀ ਉਸ ਚੀਜ਼ ਨੇ ਨਾ ਝੰਜੋੜ ਕੇ ਰੱਖਤਾ ਵੀ ਕਿ ਲਵਾ ਜਿਹਾ ਬੱਚਾ ਜਿਹਦਾ ਗੁਨਾਹ ਵੀ ਕੋਈ ਨਹੀਂ, ਇੱਕ ਸਿਰਫ ਨੰਬਰ ਬਣਾਉਣ ਦੇ ਮਾਰੇ, ਸਟਾਰ ਲੈਣ ਦੇ ਮਾਰੇ। ਫਿਰ ਉਸ ਮੁਕਾਬਲੇ ਤੋਂ ਬਾਅਦ ਕਿੰਨੀ ਦੇਰ ਤੱਕ ਤੁਸੀਂ ਉਹ ਨੌਕਰੀ 'ਚ ਰਹੇ ਔਰ ਕਿੰਨੇ ਕੁ ਹੋਰ ਮੁਕਾਬਲੇ ਜਿਹੜੇ ਉਹ ਦੇਖੇ? 15 ਮੁਕਾਬਲੇ ਮੈਂ ਵੇਖੇ ਜੀ। 15 ਮੁਕਾਬਲੇ ਵਿੱਚ ਮੈਂ ਇਲਾਜ ਤਾਂ ਪਹਿਲਾਂ ਸੀ, 15 ਮੁਕਾਬਲਿਆਂ ਦੀ ਐਪਲੀਕੇਸ਼ਨ। ਉਹ ਮੁੜ ਕੇ 4-5 ਜਿਹੜੇ ਘਰ ਗਏ ਸੀ, ਘਰ ਵਾਲੇ ਉਹ ਡਰ ਗਏ ਅਤੇ ਹੁਣ ਮੈਂ 10 ਦੀ ਲੜਾਈ ਲੜ ਰਿਹਾ। ਅੱਛਾ, ਉਹ 10 ਦੇ ਜਿਹੜੇ ਪੇਰੈਂਟਸ ਮੇਰੇ ਨਾਲ ਹੈ। ਅੱਛਾ, ਅਤੇ ਬਾਕੀ ਮੁਕਾਬਲੇ ਤਾਂ ਪੁਲਿਸ ਨੇ ਬਹੁਤ ਜ਼ਿਆਦਾ ਕੀਤੇ ਹੈ, ਇੰਨੇ ਕੁ ਜ਼ਿਆਦਾ ਦੱਸ ਹੀ ਨਹੀਂ ਸਕਦੇ। 91 'ਚ ਇਹ ਮੁਕਾਬਲਾ ਤੁਸੀਂ ਕੰਤੇ ਵਾਲਾ ਦੱਸਦੇ ਹੋ ਹੋਇਆ ਮੋਗੇ ਦੇ ਨੇੜੇ, ਫਿਰ 93 ਤੱਕ 2 ਸਾਲ ਤੱਕ ਤੁਸੀਂ ਉਹਦੇ ਨੌਕਰੀ 'ਚ ਰਹੇ, ਉਹ ਉਹਦੇ ਦੌਰਾਨ ਦੇਖਦੇ ਰਹੇ ਮੁਕਾਬਲੇ? ਉਹਦੇ ਦੌਰਾਨ ਮੈਂ ਤੁਹਾਨੂੰ ਦੱਸ ਦਿੰਦਾ, ਉਸ ਤੋਂ ਬਾਅਦ ਇੱਕ ਸੋਢੀ ਸਤਵੰਤ ਸਿੰਘ ਵਾਸੀ ਚਗਾਵਾਂ ਦਾ, ਉਹ ਫੈਡਰੇਸ਼ਨ ਦਾ ਪ੍ਰਧਾਨ ਸੀ, ਬਹੁਤ ਵਧੀਆ ਇਮਾਨਦਾਰ ਬੰਦਾ ਸੀ। ਉਹ ਆਪਦੇ ਇਲਾਕੇ ਦੇ ਵਿੱਚ ਅਖਬਾਰਾਂ ਨੂੰ ਖਬਰ ਦੇ ਦਿੰਦਾ ਮੇਰੇ ਇਲਾਕੇ 'ਚ ਗਲਤ ਕੰਮ ਨਹੀਂ ਹੋਣਾ ਚਾਹੀਦਾ। ਅਤੇ ਜਦੋਂ ਇੱਕ ਬੰਦਾ ਖਾੜਕੂ ਜਥੇਬੰਦੀਆਂ ਨੂੰ ਕਹਿ ਸਕਦਾ ਵੀ ਗਲਤ ਕੰਮ ਨਹੀਂ ਹੋਣਾ ਚਾਹੀਦਾ, ਇਮਾਨਦਾਰ ਹੀ ਗਿਣਿਆ ਜਾ ਸਕਦਾ। ਉਹਦੀ ਉਸ 'ਚ ਛਵੀ ਬਹੁਤ ਵਧੀਆ ਸੀਗੀ ਅਤੇ ਅੱਗੇ ਉਹਨਾਂ ਨੇ ਪੰਚਾਇਤੀ ਚੋਣਾਂ ਆ ਰਹੀਆਂ ਸੀਗੀਆਂ, ਉਹ ਪਿੰਡ ਦੇ ਕੋਈ ਜਿਹੜੇ ਖਹਿਬਾਜ ਬੰਦੇ ਹੁੰਦੇ ਆ, ਉਹਨਾਂ ਨੇ ਕਿਹਾ ਵੀ ਇਹ ਸਰਪੰਚ ਹੀ ਲੈ ਜੂਗਾ। ਅਤੇ ਉਹ ਬੰਦਾ ਘਰੋਂ ਗਰੀਬ ਸੀ ਅਤੇ ਹੈ ਮਾਨਦਾਰ ਸੀ, ਛੋਟਾ ਮੋਟਾ ਨਾ ਵਪਾਰ ਕਰਦਾ ਹੁੰਦਾ ਗਾਂਵ ਮੱਝਾਂ ਦਾ। ਅਤੇ ਇਹਨਾਂ ਨੇ ਫਿਰ DSP ਬਚਨ ਸਿੰਘ ਰੰਧਾਵੇ ਨਾਲ ਪਲੈਨਿੰਗ ਕੀਤੀ, ਇੱਕ ਉੱਥੋਂ ਦਾ ਹਰਦੀਪ ਸਿੰਘ ਸੀਗਾ ਉਹਨੂੰ ਭੇਜਿਆ, ਉਹ ਜਿਹੜਾ ਟੌਟ ਦੇ ਤੌਰ 'ਤੇ ਜਿਹਨੇ ਕੰਮ ਕੀਤਾ, ਹਰਦੀਪ ਸਿੰਘ ਨੂੰ ਭੇਜਿਆ ਵੀ ਤੂੰ ਕਹਿ ਵੀ ਮੈਨੂੰ, ਮੈਂ ਗਾਂ ਲੈਣੀ ਆ ਅਤੇ ਮੈਨੂੰ ਰੋਡਿਆਂ ਤੋਂ ਗਾਂ ਦਵਾ ਕੇ ਲਿਆ, ਕਿਉਂਕਿ ਰੋਡੇ ਗਾਈਆਂ ਦੇ ਬਹੁਤ ਤਕੜੇ ਤਕੜੇ ਫਾਰਮ ਆ। ਅਤੇ ਉਹ ਵਪਾਰ ਕਰਦਾ ਹੁੰਦਾ ਸੀਗਾ ਅਤੇ ਉਹਨਾਂ ਦਾ ਆਪਾਂ ਸਵੇਰੇ ਚੱਲਾਂਗੇ। ਸੁਬਾਹ ਇਹਨਾਂ ਨੇ ਗੱਡੀ ਆਪਦੇ ਕੋਲੋਂ ਦਿੱਤੀ ਹੈ, ਉਦੋਂ ਵੈਨਾਂ ਚੱਲਦੀਆਂ, ਉਹਦੀ ਨੀਲੀ ਵੈਨ ਸੀਗੀ ਅਤੇ ਤੜਕੇ CA ਸਟਾਫ 'ਚੋਂ ਮਤਲਬ ਵੀ ਉਹ ਵੈਨ 'ਤੇ ਗਿਆ, ਇੰਨਾ ਮੈਨੂੰ ਪਤਾ ਹੈ। 9 ਵਜੇ ਦੇ ਤਰਕੀਬ ਬੁੱਗੀਪੁਰੇ ਚੌਂਕ ਦੇ ਵਿੱਚ ਨਾਕਾ ਲਾਇਆ ਸੀ ਗਿਣੀ ਮਿਸੀ ਸਾਜਿਸ਼ ਤਾਮਕ, DSP ਬਚਨ ਸਿੰਘ ਰੰਧਾਵਾ ਐਂਡ ਪਾਰਟੀ ਨੇ ਉਹਨੂੰ ਉੱਥੋਂ ਚੱਕ ਲੈਂਦਾ। 9:30 ਇਹਨੂੰ CA ਸਟਾਫ ਮੋਗੇ ਲੈ ਆਉਂਦਾ। CA ਸਟਾਫ ਮੋਗੇ ਜਦੋਂ ਲੈ ਆਉਂਦਾ ਅਤੇ ਉਸ ਤੋਂ ਬਾਅਦ ਫਿਰ ਮੇਰਾ 10 ਤੋਂ 2 ਪਹਿਰਾ ਸੀਗਾ,
ਤੇ ਮੈਂ ਅੱਖੀ ਸਾਰਾ ਕੁਝ ਸੀਨ ਵੇਖਿਆ ਤੇ ਉਹਨੂੰ ਇਸ ਤਰ੍ਹਾਂ ਤਸ਼ੱਦਦ ਕੀਤਾ ਉਹ ਮੈਂ ਪਹਿਲੀ ਵਾਰ ਵੇਖਿਆ। ਤਸ਼ੱਦਦ ਤਾਂ ਬਹੁਤ ਹੁੰਦੇ ਵੇਖੇ, ਕਿਵੇਂ ਵੀ ਉਹ ਬੰਦੇ ਨੇ ਕੋਟਾ ਵੀ ਲਾਇਆ, ਪਹਿਲਾਂ ਡਾਂਗਾਂ ਨਾਲ ਕੁੱਟਿਆ, ਕੋਟਾ ਲਾਇਆ, ਫਿਰ ਉਹਦੇ ਪਤਲੀ ਡਾਂਗ ਲੈ ਕੇ, ਵੱਡੀ ਮੋਟੀ ਡਾਂਗ ਪਤਲੀ ਲੈ ਕੇ ਪਿੰਡੇ 'ਤੇ ਫੇਰੀ, ਫੇਰ ਕੇ ਅਤੇ ਫਿਰ ਉਹਨੂੰ ਪੁੱਠਾ ਲਟਾ ਲਿਆ। ਜਦੋਂ ਅਗਲਾ ਪਾਸਾ ਤਾਂ ਖਤਮ ਹੋ ਗਿਆ, ਪੁੱਠਾ ਲਟਾ ਲਿਆ, ਪੁੱਠਾ ਲਟਾ ਕੇ ਅਤੇ ਉਹਦੀਆਂ ਪਿੱਛੇ ਆ ਬਾਹਾਂ ਪਿਛਾਂ ਨੂੰ ਕਰ ਲਈਆਂ ਅਤੇ ਆਹ ਲੱਤਾਂ ਪਿੱਛੇ ਕਰ ਲਈਆਂ ਅਤੇ ਜਿਹੜਾ ਕੋਟਾ 60-70 ਕਿਲੋ ਦਾ ਉਹ ਲੱਤਾਂ ਵਿੱਚ ਪਾ ਲਿਆ। ਲੱਤਾਂ ਦੇ ਉੱਤੇ ਇੱਕ ਬੰਦਾ ਭਾਰ ਪਾ ਕੇ ਅਤੇ ਉੱਤੋਂ ਲੱਤਾਂ ਖਿੱਚੇ, ਉਹਦੇ ਨਾਲ ਜਿਹੜੀਆਂ ਪੇਟ ਦੀਆਂ ਜਿਹੜੀਆਂ ਨਾੜਾਂ ਜਾਂ ਲੱਤਾਂ ਬਾਹਾਂ ਨਾੜ ਸਭ ਟੁੱਟ ਗਈਆਂ ਅਤੇ 2 ਵਜੇ ਮੈਨੂੰ ਆਉਂਦੇ ਵੀ ਇਹਨੂੰ ਹੁਣ ਅੰਦਰ ਕਰਦੇ। 2 ਵਜੇ ਤੱਕ ਇੰਟਰੋਗੇਸ਼ਨ ਕੀਤਾ ਵੱਖ ਵੱਖ ਤਰੀਕਿਆਂ ਨਾਲ। ਅਤੇ ਉਹ ਜਿਹੜਾ ਅਗਲੇ ਪਹਿਰੇ ਵਾਲਾ ਉਹ ਮੈਨੂੰ 4 ਵਜੇ ਆਉਂਦਾ ਵੀ ਯਾਰ ਉਹ ਤਾਂ ਬੰਦਾ ਮਰ ਗਿਆ। ਅੱਛਾ, ਮੈਂ ਕਿਹਾ ਵੀ ਉਹ ਕਹਿੰਦੇ ਮਰ ਗਿਆ, ਉਹ ਆਉਂਦਾ ਵੀ ਬੰਦਾ ਆਕੜ ਗਿਆ, ਕਿਉਂਕਿ ਥਾਂ ਥਾਂ ਤੋਂ 4 ਘੰਟੇ ਤਾਂ ਉਹਨੂੰ ਲਗਾਤਾਰ ਇੰਟਰੋਗੇਸ਼ਨ ਕੀਤੀ ਗਈ, ਮਾਰਨ ਦੀ ਨੀਤੀ ਨਾਲ ਤਾਂ ਉਹ ਇੰਟਰੋਗੇਸ਼ਨ ਕੀਤਾ ਇਸ ਤਰ੍ਹਾਂ। ਅਤੇ ਮੁੜ ਕੇ ਰਾਤ ਨੂੰ ਜਿਹੜੇ ਨਿਹਾਲ ਸਿੰਘ ਵਾਲੀ ਨਹਿਰ ਉਹਦੇ 'ਤੇ ਲਿਜਾ ਕੇ ਅਤੇ ਉਹਦੇ ਪੇਟ 'ਚ ਪਾੜ ਕੇ ਵੀ ਪੇਟ ਉਹਦਾ ਫਟ ਜੇ ਅਤੇ ਪਾਣੀ ਪੈ ਜੇ ਅਤੇ ਇਹਦੀ ਲਾਸ਼ ਤਾਂ ਨਾ ਆਵੇ। ਉਹ ਜਿਹੜਾ ਹਰਦੀਪ ਸਿੰਘ ਨਾਲ ਟਾਊਟ ਸੀਗਾ ਜਿਹੜਾ ਪਿੰਡ ਆਏ ਨੇ ਅਤੇ ਪੁਲਿਸ ਨੇ ਛੱਡਿਆ ਸੀਗਾ, ਉਹਨੂੰ ਫੜਿਆ ਸ਼ੋਅ ਖਾਤਾ ਅਤੇ ਸੋਢੀ ਨੂੰ ਪਕੌੜਾ ਸ਼ੋਅ ਕਰਤਾ ਜੀ। ਜਦੋਂ ਨਹਿਰ 'ਚ ਸੁੱਟਿਆ ਉਦੋਂ ਤੁਸੀਂ ਨਾਲ ਸੀ? ਨਹੀਂ, ਉਦੋਂ ਨਾਲ ਨਹੀਂ ਸੀਗੇ। ਜਦੋਂ ਲਗਾਏ ਕੋਲੋਂ ਉਦੋਂ ਮੈਨੂੰ ਪਤਾ, ਉਦੋਂ ਮੈਂ ਪਹਿਰੇ 'ਤੇ ਸੀਗਾ। ਉਹ ਫਿਰ ਨਾਲ ਦਿਆਂ ਤੋਂ ਸਾਰੇ ਮੈਂ ਰਿਪੋਰਟ ਲੈਂਦਾ ਕਿਵੇਂ 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 ਕੀਤਾ, ਕਿੱਥੋਂ ਲਿਆ। ਇਹ ਸੋਢੀ ਸਤਵੰਤ ਸਿੰਘ ਦੀ ਇਹ ਸਟੋਰੀ ਹੈ। ਅੱਗੇ ਵੱਡਾ ਘਰ ਬਲਜੀਤ ਸਿੰਘ, ਜਿਹੜਾ ਬਲਜੀਤ ਸਿੰਘ ਸੀ ਉਹਨੂੰ 28/11/92 ਨੂੰ ਰਿਮਾਂਡ 'ਤੇ ਲੈ ਕੇ ਆਏ ਫਰੀਦਕੋਟ ਤੋਂ। ਵੀਰੇ ਵਾਲੇ ਦਾ ਬਲਵੀਰ ਸਿੰਘ ਸਰਪੰਚ ਸੀਗਾ, ਉਹਨੇ ਪੇਸ਼ ਕਰਾਇਆ ਸੀਗਾ ਜੀ। ਅੱਛਾ ਜੀ। ਅਤੇ ਇਹਨੂੰ ਆਉਂਦੇ ਹੀ ਉਹਦੇ ਹੱਥ ਕੜੀਆਂ ਡੰਡਾ ਬੇੜੀ ਲੱਗ ਗਈ ਸੀ। ਉਹਨੇ ਮਤਲਬ ਜੱਜ ਨੂੰ ਕਿਹਾ ਵੀ ਸਰ ਜੀ ਮੇਰੇ ਡੰਡਾ ਬੇੜੀ ਲਾਇਆ ਜਾਵੇ, ਵੀ ਹੋ ਸਕਦਾ ਮੇਰਾ ਮੁਕਾਬਲਾ। ਮੋਗੇ ਦੀ ਪੁਲਿਸ ਲਈ, ਮੋਗੇ ਸੀ ਆਈ ਕੋਈ ਬਚਨ ਸਿੰਘ, ਬਚਨ ਸਿੰਘ ਰਧਾਵਾ, ਗੁਰਮੇਲ ਸਿੰਘ ਟੋਲਾ ਇੰਸਪੈਕਟਰ ਸੀਗਾ ਐਂਡ ਪਾਰਟੀ ਸਾਰੀ। ਅੱਛਾ ਜੀ। ਉਹਨਾਂ ਜਦੋਂ 5:30 ਵਜੇ ਲਿਆਂਦਾ ਅਤੇ ਉਹਨਾਂ ਦੇ ਸਾਲਾ ਜੱਜ ਕੋਲ ਕਹਿੰਦਾ ਸੀਗਾ ਜਨਾਬ ਮੇਰਾ ਡੰਡਾ ਬੇੜੀ ਲਾ ਦੇ, ਇਹ ਡੰਡਾ ਬੇੜੀਆਂ ਤੈਨੂੰ ਬਚਾ ਲੈਣਗੀਆਂ। ਆਪਾਂ ਇੱਥੋਂ ਹੀ ਗੱਲ ਜਿਹੜੀ ਹੈ ਜੀ ਉਹ ਸ਼ੁਰੂ ਕਰਾਂਗੇ ਕਿ ਜੱਜ ਸਾਹਿਬ ਕੋਲ ਗਏ ਔਰ ਉਦੋਂ ਬਾਅਦ ਉਹਦਾ ਜਿਹੜਾ ਜੀ ਉਹ ਕੀ ਬਣਿਆ। ਗੱਲਬਾਤ ਸਾਡੇ ਨਾਲ ਇਸ ਵੇਲੇ ਹਿਊਮਨ ਰਾਈਟਸ ਦੇ ਵਾਸਤੇ ਲੜ ਰਹੇ ਜਿਹੜੇ ਚੰਦ ਕੁ ਯੋਧੇ ਰਹਿ ਗਏ ਨੇ ਉਹਨਾਂ ਦੇ ਵਿੱਚੋਂ ਸਤਵੰਤ ਸਿੰਘ ਮਾਣਕ ਹੁਰੀ ਨੇ। ਗੱਲਬਾਤ ਉਹਨਾਂ ਦੇ ਨਾਲ ਜਾਰੀ ਰਹੇਗੀ। ਪੰਜਾਬ ਦੇ ਵਿੱਚ ਜੋ ਕੁਛ ਇੱਕ ਸਮੇਂ ਦੇ ਦੌਰਾਨ ਹੁੰਦਾ ਰਿਹਾ, ਜਿਹਦਾ ਚਰਚਾ ਇਸ ਟਾਈਮ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ, ਸ਼ਾਇਦ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਕਮ ਸੇ ਕਮ ਆਹ ਜਨਰੇਸ਼ਨ ਜਿਹੜੀ ਹੈ ਜੀ ਉਹ ਚੱਲਦੀ ਹੈ। ਅਸੀਂ ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ। ਸਤਵੰਤ ਸਿੰਘ ਮਾਣਕ ਹੁਰੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ, ਕੌਣ ਆਪਣੀ ਨੌਕਰੀ ਨੂੰ ਲੱਤ ਮਾਰਦਾ ਅਤੇ ਫਿਰ ਐਡੀ ਲੰਬੀ ਲੜਾਈ ਲੜਦਾ ਜਿਹਦਾ ਇਹ ਨਹੀਂ ਪਤਾ ਕਿ ਉਹਦਾ ਖਾਤਮਾ ਕਿੱਥੇ ਜਾ ਕੇ ਹੋਣਾ, ਅਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਇਹੋ ਜਿਹੀਆਂ ਲੜਾਈਆਂ ਲੜਦਿਆਂ ਉਹ ਲੜਾਈ ਖਤਮ ਹੋਵੇ ਨਾ ਹੋਵੇ। ਕਈ ਵਾਰੀ ਅਕਸਰ ਜਿਹੜਾ ਜੀ ਉਹ ਮਨੁੱਖ ਖਤਮ ਹੋ ਜਾਂਦਾ, ਉਹਦੇ ਕਾਰਨ ਕਈ ਨੇ। ਇਹਦੇ ਵਿੱਚ ਖਾਲੜਾ ਸਾਹਿਬ ਦੀ ਮਿਸਾਲ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ। ਅੱਜ ਵੀ ਉਹ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਨੇ ਉਹਦਾ ਜ਼ਿਕਰ ਤਾਂ ਹੁੰਦਾ ਪਰ ਉਹ ਖੁਦ ਇਹਦੇ ਵਿੱਚ ਜਿਹੜਾ ਜੀ ਉਹ ਲਾਸ਼ ਬਣ ਗਏ। ਸਤਵੰਤ ਸਿੰਘ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਜੱਜ ਸਾਹਿਬ ਦੇ ਸਾਹਮਣੇ ਉਹਨੇ ਉਹਨੂੰ ਪੁਲਿਸ ਵਾਲੇ ਕਹਿ ਰਹੇ ਸੀ ਕਿ ਜੱਜ ਦੇ ਸਾਹਮਣੇ ਤੂੰ ਆਹ ਬਿਆਨ ਦਿੱਤਾ ਸੀ, ਫਿਰ ਉਸ ਤੋਂ ਬਾਅਦ ਉਹਦਾ ਕੀ ਕੀਤਾ ਜੀ? ਗੁਰਮੇਲ ਸਿੰਘ ਢੋਲਾ ਕਹਿ ਰਿਹਾ, ਗਾਲਾਂ ਕੱਢ ਕੇ ਉਹਨੂੰ ਕਹਿੰਦਾ, ਆਉਂਦਾ ਜੱਜ ਦੇ ਕੋਲ ਕਹਿੰਦਾ ਮੈਨੂੰ ਡੰਡਾ ਬੇੜੀ ਲਾ ਦਿਓ ਅਤੇ ਡੰਡਾ ਬੇੜੀ ਤੈਨੂੰ ਬਚਾ ਲੂਗੀ। ਅਤੇ ਉਹ ਉੱਥੇ ਉਹਨੇ ਬੇੜੀਆਂ ਖੋਲ ਲਈਆਂ ਜੀ, ਉਹਨੂੰ ਇੰਟਰੋਗੇਸ਼ਨ ਕੀਤਾ ਜੀ, ਸਟਾਫ ਦੇ ਵਿੱਚ ਇੰਟਰੋਗੇਸ਼ਨ ਕੀਤਾ। 28/11/92 ਨੂੰ ਲਿਆਏ ਉਹਨੂੰ ਰਿਮਾਂਡ 'ਤੇ ਅਤੇ ਉਸੇ ਰਾਤ ਨੂੰ 29/11/92 ਨੂੰ ਉਹਦਾ ਮੁਕਾਬਲਾ ਹੋਇਆ ਤਾ ਜੀ। ਅੱਛਾ, ਉਸੇ ਰਾਤ ਹੀ? ਉਸੇ ਰਾਤ ਹੀ। ਇਹ ਮੁਕਾਬਲਾ ਕਿੱਥੇ ਹੋਇਆ? ਇਹ ਮੁਕਾਬਲਾ ਥਾਣੇ ਮਹਿਣੇ 'ਚ ਹੋਇਆ ਜੀ। ਤੁਸੀਂ ਮੁਕਾਬਲੇ ਦੇ ਟਾਈਮ ਨਾਲ ਤਾਂ ਨਹੀਂ ਸੀ? ਨਹੀਂ, ਇਹ ਤੁਸੀਂ ਜਾਣ। ਜਦੋਂ ਇੰਟਰੋਗੇਸ਼ਨ ਹੋਇਆ ਉਦੋਂ ਮੈਂ ਪਹਿਰੇ 'ਤੇ ਸੀਗਾ, ਕਿਉਂਕਿ ਜ਼ਿਆਦਾਤਰ ਮੇਰੀ ਡਿਊਟੀ ਪਹਿਰੇ 'ਤੇ ਰਹਿੰਦੀ ਸੀਗੀ ਅਤੇ ਮੈਂ ਥੋੜ੍ਹਾ ਬਾਹਰ ਕੱਟ ਜਾਂਦਾ ਸੀਗਾ ਜੀ। ਅਤੇ ਕਿੰਨੇ ਤਕਰੀਬਨ ਮੁਕਾਬਲੇ ਨੇ ਜਿਨ੍ਹਾਂ ਨੂੰ ਤੁਸੀਂ ਅੱਗੇ ਲੈ ਕੇ ਤੁਰੇ ਹੋ ਅਦਾਲਤੀ? ਤੁਸੀਂ ਕਿਹਾ ਕਿ 10 ਪਰਿਵਾਰ ਰਹਿ ਗਏ, ਬਹੁਤੇ ਪਰਿਵਾਰ ਜਿਹੜਾ ਜੀ ਉਹ ਪਿੱਛੇ ਹਟ ਗਏ ਕਿ ਅਸੀਂ ਨਹੀਂ ਕਰਨਾ, ਉਹ ਡਰਾ ਲਏ ਗਏ? ਉਹ ਡਰ ਵੀ ਗਏ ਅਤੇ ਪੁਲਿਸ ਦੇ ਵੈਸੇ ਉਦੋਂ ਇੰਨੀ ਛਵੀ ਤੇਜ਼ ਸੀਗੀ, ਉਦੋਂ ਤਾਂ ਕੋਈ ਬੋਲਦਾ ਨਹੀਂ ਸੀਗਾ ਜੀ। ਹੁਣ ਉਹ ਬੋਲਦੇ ਨੇ?
ਇਹਨਾਂ ਦਿਨਾਂ 'ਚ ਨਹੀਂ ਬੋਲਦੇ? ਅਜੇ ਵੀ ਨਹੀਂ ਬੋਲਦੇ ਕਿਉਂਕਿ ਉਹਨਾਂ ਦੇ ਸਾਡੇ ਮਰ ਗਏ ਹੁਣ ਜਾਣ ਦੇ ਛੱਡ ਪਰ ਨਵੀਂ ਖੁੱਡਾਂ ਕਾਹਤੋਂ ਪੱਟਣੀਆਂ ਜੀ। ਅਤੇ ਜਿਹੜੇ 10 ਬੋਲ ਰਹੇ ਨੇ ਇਹ ਕਿਹੜੇ ਇਲਾਕੇ ਦੇ ਨੇ ਤਕਰੀਬਨ? ਇਹ ਮੇਰੇ ਇਲਾਕੇ ਦੇ ਹੈ ਜੀ, ਮੋਗੇ ਨੇੜੇ ਤੋਂ। ਹਾਂਜੀ ਮੋਗੇ ਨੇੜੇ ਦੇ, ਜਿਵੇਂ ਵੱਡਾ ਘਰ ਤੋਂ ਬਲਜੀਤ ਸਿੰਘ ਵੱਡਾ ਘਰ ਹੈ ਅਤੇ ਇਹਦਾ ਭਰਾ ਜਗਰੂਪ ਸਿੰਘ ਲੰਗਿਆਣਾ ਇਹ ਵੀ ਮੇਰੇ ਨਾਲ ਹੈ। ਅਸੀਂ ਇੱਕ ਦੂਜੇ ਨੂੰ ਅਸੀਂ ਐਫੀਡੈਵਿਟ ਦਿੱਤੇ ਹੋਏ ਆ ਵੀ ਨਾ ਤੁਸੀਂ ਵਿਕਣਾ ਤਾਂ ਨਾ ਅਸੀਂ ਵਿਕਣਾ ਜੀ। ਅਤੇ ਹਾਂ ਆਉਂਦੇ ਜਾਂਦੇ ਆ, ਪੁਲਿਸ ਆਉਂਦੀ ਰਾਜੀਨਾਮੇ ਨੂੰ। ਹਾਂਜੀ ਹਾਂਜੀ ਕਰ ਚੱਲ ਜਾਂਦੇ। ਵਿਕਣ ਦੀ ਗੱਲ ਤੁਸੀਂ ਕੀਤੀ, ਤੁਹਾਡੇ ਉੱਤੇ ਫਿਰ ਪ੍ਰੈਸ਼ਰ ਜਿਹੜਾ ਜੀ ਉਹ ਪੁਲਿਸ ਦਾ ਕਿਹੋ ਜਿਹਾ ਰਹਿੰਦਾ ਜਾਂ ਰਿਹਾ ਪਿਛਲੇ ਸਮੇਂ 'ਚ? ਪਿਛਲੇ ਸਮੇਂ ਜਿਹੜਾ ਪ੍ਰੈਸ਼ਰ ਆ ਜੀ ਉਹਦਾ ਬਹੁਤ ਬੁਰਾ ਸਿੱਟਾ ਨਿਕਲਿਆ ਜੀ। ਉਹਦੇ 'ਚ ਇਹ ਹੈ ਵੀ ਜਦੋਂ ਮੈਂ ਇਹਨਾਂ ਦੇ ਖਿਲਾਫ਼ 93 ਦੇ ਵਿੱਚ ਰਿੱਟ ਪਾਈ ਸੀ, 26 ਸਤੰਬਰ 94 ਨਿਕਲੀ ਸੀ, ਉਸ ਤੋਂ ਬਾਅਦ ਮੇਰੇ ਮਗਰ CID ਲੱਗ ਗਈ ਅਤੇ ਮੈਂ ਬਾਹਰ ਨਿਕਲ ਗਿਆ, UP ਨਿਕਲ ਗਿਆ ਜੀ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ, ਮੇਰੇ ਭਰਾਵਾਂ ਨੂੰ, ਮੇਰੀਆਂ ਭੈਣਾਂ ਭਣਵਾਈਆਂ ਸਾਰੇ ਰਿਸ਼ਤੇਦਾਰਾਂ ਨੂੰ ਚੱਕ ਕੇ ਅਤੇ ਬੰਦ ਕਰ ਲੈਣਾ, ਦਬਾਅ ਪਾਉਣਾ। ਫਾਦਰ ਸਾਹਿਬ ਨੂੰ 6 ਵਾਰੀ ਲਗਾਏ ਅਤੇ 6 ਵਾਰੀ ਕੁੱਟਿਆ। ਉਹਨਾਂ ਦੇ ਪੀੜ੍ਹੀ ਨਾ ਬੱਟ ਬੁੱਟ ਮਾਰਤੇ। ਅੱਛਾ, ਬੱਟ ਬੁੱਟ ਮਾਰਤੇ। ਕੁਛ ਉਹ ਦਮੇ ਦੇ ਮਰੀਜ਼ ਸੀਗੇ, ਕੁਛ ਇਸ ਚੀਜ਼ ਨੂੰ ਲੈ ਗਏ ਵੀ ਮੇਰੇ ਇਲਾਕੇ ਦੇ ਵਿੱਚ ਮੈਨੂੰ ਗਿਆਨੀ ਜੀ ਗਿਆਨੀ ਕਰਦੇ ਸੀਗੇ ਅਤੇ ਮੈਨੂੰ ਮਤਲਬ ਨਜਾਇਜ਼ ਜਾ ਕੇ ਕੁੱਟਿਆ। ਮੇਰੇ ਮੁੰਡੇ ਨੇ ਆਵਾਜ਼ ਤਾਂ ਸੱਚ ਦੀ ਉਠਾਈ ਹੈ। ਫਿਰ ਉਹ ਚਲੇ ਗਏ, ਉਹ ਜ਼ਖਮਾਂ 'ਚ ਤਾਪ ਚੱਲਦੇ। ਅੱਛਾ ਨਹੀਂ, ਅੱਛਾ ਜੀ। ਹੁਣ ਖੂਨ ਦੀਆਂ ਟੱਟੀਆਂ ਉਹਨਾਂ ਨੂੰ ਰੁਕੀਆਂ ਜੀ। ਅੱਛਾ ਜੀ। ਅਤੇ ਬਸ ਉਹ ਚਲੇ ਗਏ। ਉਹ ਵੱਡਾ ਸਭ ਤੋਂ ਨੁਕਸਾਨ, ਸਾਡਾ ਮਾਲ ਡੰਗਰ ਖੋਲ੍ਹ ਜਾਣਾ। ਅਤੇ ਇੱਕ ਮੇਰਾ ਭਾਣਜਾ ਪੜ੍ਹਦਾ ਸੀ ਨਿਰਮਲ ਸਿੰਘ, ਉਹ ਗ੍ਰੈਜੂਏਸ਼ਨ ਕਰਦਾ ਸੀਗਾ ਅਤੇ ਉਹਨੂੰ ਫੜ ਕੇ ਬੰਦ ਕਰਤਾ। ਉਹਦੇ ਪੇਪਰਾਂ ਦੇ ਦਿਨ ਚੱਲਦੇ। ਹੁਣ ਕੋਈ ਪ੍ਰੈਸ਼ਰ ਘਟਿਆ ਪੁਲਿਸ ਦਾ? ਹਾਂ ਹੁਣ ਪ੍ਰੈਸ਼ਰ ਘਟਿਆ। ਹੁਣ ਇਹ ਆ ਵੀ 15 ਤੋਂ ਲੱਗੇ ਮੇਰੇ ਮਗਰ, ਮੇਰੇ ਨਾਲ ਦੇ ਜਿਹੜੇ ਮੁੰਡੇ ਆ ਉਹ ਜਾਂਦੇ ਆ ਅਤੇ ਹੋਰ ਅਫਸਰ ਜਾਂਦੇ ਆ। ਰਾਜੀਨਾਮਾ ਕਰ ਲਾ, ਤੂੰ ਰਾਜੀਨਾਮਾ ਕਰ ਲਾ ਅਤੇ ਤੈਨੂੰ ਸਾਰਾ 23 ਸਾਲ ਦਾ ਬਕਾਇਆ ਦੇ ਦਿੰਦੇ ਹਾਂ, 80 ਸਾਲ ਦਾ ਪੈਨਸ਼ਨ ਐਡਵਾਂਸ ਦੇ ਦਿੰਦੇ ਹਾਂ, ਤੇਰਾ ਖਰਚਾ ਦੇ ਦਿੰਦੇ ਹਾਂ। ਮੈਂ ਉਹਨਾਂ ਨੂੰ ਕਿਹਾ ਵੀ ਜਿਨ੍ਹਾਂ ਦੇ ਮਾਰੇ ਆ ਨਾ ਪਹਿਲਾਂ ਉਹਨਾਂ ਨੂੰ ਦਿਓ। ਮੇਰੀ ਮੇਨ ਮੰਗ ਇਹ ਹੈ ਵੀ ਪਹਿਲਾਂ ਉਹਨਾਂ ਨੂੰ ਦਿਓ, ਕਿਉਂਕਿ ਬੰਦੇ ਤਾਂ ਉਹ ਆਉਂਦੇ ਵੀ ਕਿਤੇ ਤਾਂ ਕਹਿ ਦਿੰਦੇ ਵੀ 1,00,000 ਦੇ ਦਿੰਦੇ, ਕਿਤੇ ਕਹਿੰਦੇ 2-2 ਲੱਖ ਦੇ ਦਿੰਦੇ। ਅਤੇ ਹੁਣ ਮਾਮਲਾ ਹਾਈਕੋਰਟ 'ਚ? ਨਹੀਂ, ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਸੁਪਰੀਮ ਕੋਰਟ ਹਾਈਕੋਰਟ ਦੇ ਵਿੱਚ ਤਾਂ 2007 ਦੇ ਵਿੱਚ ਜਸਟਿਸ ਰਣਜੀਤ ਸਿੰਘ ਰੰਧਾਵਾ ਸੀਗੇ, ਇਹਨਾਂ CBI ਦੀ ਇਨਕੁਆਇਰੀ ਲਾ ਗਈ ਅਤੇ ਜਸਟਿਸ ਨਾ ਭੁੱਲ ਗਿਆ ਉਹਨਾਂ ਨੇ, ਦੂਜਿਆਂ ਨੇ ਮਤਲਬ ਡਬਲ ਬੈਂਚ ਨੇ ਉਹ ਤੋੜਤੀ, CBI ਜਾਂਚ ਤੋੜਤੀ। ਫਿਰ ਉਸ ਤੋਂ ਬਾਅਦ ਹੀ ਫਿਰ 13 ਜਾ ਕੇ ਕੇਸ ਲੱਗਾ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਚੀਫ ਜਸਟਿਸ ਸਾਹਿਬ ਨੇ ਉਹ ਪੁਲਿਸ ਨਾਲ ਮਿਕਸ ਹੋ ਗਏ ਅਤੇ ਸਿੱਧਾ ਇਹਨਾਂ ਨੇ ਹੱਕ 'ਚ ਕੀਤਾ, ਕਿਉਂਕਿ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ, ਬਾਦਲ ਸਰਕਾਰ ਨੇ ਵੀ ਮੈਂ ਪੁਲਿਸ ਦੇ ਜਿੰਨੇ ਕੇਸ ਪਏ ਆ ਮੈਂ ਤੁਹਾਡੀ ਮਦਦ ਕਰੂੰਗਾ। ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਨੇ ਪੁਲਿਸ ਦੀ ਮਦਦ ਕਰਨ ਦੀ ਜ਼ਿੰਮੇਵਾਰੀ? ਹਾਂਜੀ ਜ਼ਿੰਮੇਵਾਰੀ ਲਈ ਸੀ ਇਹਨਾਂ ਨੇ। ਅਖਬਾਰਾਂ ਦਾ ਬਿਆਨ, ਅਖਬਾਰ ਵੀ ਮੇਰੇ ਕੋਲ ਕਟਿੰਗ ਪਈ ਹੈ ਵੀ ਜਿੰਨੇ ਪੁਲਿਸ ਦੇ ਕੇਸ ਪਏ ਆ ਅਤੇ ਮੈਂ ਇਹਨਾਂ ਦੀ ਮਦਦ ਕਰੂੰਗਾ। ਉਹ ਫਿਰ ਮਦਦ ਕੀਤੀ ਇਹਨਾਂ ਨੇ। 10 ਸਾਲ ਅਕਾਲੀ ਸਰਕਾਰ ਰਹੀ ਪੰਜਾਬ ਦੇ ਵਿੱਚ ਜੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਵਾਲੀ, ਉਹਦੇ ਡਿਊਰਿੰਗ ਜਿਹੜਾ ਜੀ ਉਹ ਕਿਸੇ ਜਗ੍ਹਾ 'ਤੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਜਿਹੜੀ ਜਥੇਬੰਦੀ ਨਾਲ ਤੁਸੀਂ ਵਾਲੇ ਹੋ ਜਾਂ ਪੁਲਿਸ ਵਾਲਿਆਂ ਦੀ ਮਦਦ ਕੀਤੀ ਹੋਵੇ, ਕਿਹਦੀ ਮਦਦ ਹੁੰਦੀ ਰਹੀ ਫਿਰ? ਪੁਲਿਸ ਦੀ ਮਦਦ ਹੋਈ ਹੈ, ਸਾਡੀ ਮਦਦ ਤਾਂ ਬਹੁਤ ਦੂਰ ਦੀਆਂ ਗੱਲਾਂ। ਪੁਲਿਸ ਦੀ ਮਦਦ, ਇਹਨਾਂ ਨੇ ਸਾਡੀ ਮਦਦ ਕੀ ਕਰਨੀ ਹੈ? ਪੁਲਿਸ ਨੇ ਤਾਂ ਕਾਊਂਟਰ ਕਰਾਉਣ ਵਾਲੇ ਤਾਂ ਖੁਦ ਵਿੱਚ ਲਈ ਆਪ ਹੀ ਸੀਗੇ ਪੁਲਿਸ ਤੋਂ, ਪੁਲਿਸ ਤੋਂ ਤਾਂ ਇਹ ਕੰਮ ਲੈਂਦੇ ਸੀ ਅਤੇ ਪੁਲਿਸ ਦੇ ਤਾਂ ਇਹਨਾਂ ਨੇ ਪੱਖ 'ਚ ਬੋਲਣਾ ਹੀ ਬੋਲਣਾ ਸੀ, ਸਾਡੇ ਪੱਖ 'ਚ ਕਿਵੇਂ ਬੋਲਣਾ ਸੀ? ਕੋਈ ਜਿਹੜਾ ਜੀ ਲਾਲਚ ਤੁਸੀਂ ਦੱਸਿਆ ਕਿ ਤੁਹਾਨੂੰ ਦਿੰਦੇ ਆ ਕਿ 23 ਸਾਲ ਦੀ ਤੂੰ ਲੈ ਲਾ ਅਤੇ 80 ਸਾਲ ਵਾਲੀ ਪੈਨਸ਼ਨ ਵੀ ਜਿਹੜੀ ਉਹ ਲੈ ਲਾ, ਤਾਂ ਕਦੇ ਮਨ ਡੋਲਿਆ ਨਹੀਂ ਉੱਤੇ? ਨਹੀਂ, ਅਜੇ ਤੱਕ ਤਾਂ ਡੋਲਿਆ ਨਹੀਂ ਗਾ, ਸੱਚੇ ਪਾਤਸ਼ਾਹ ਡੁਲਾਵੇ ਵੀ ਨਾ। ਕਾਰਨ ਪਤਾ ਕੀ ਹੈ? ਜਿਹੜੀ ਮੇਰੀ ਘਰ ਦੀ ਸਥਿਤੀ ਇਸ ਵਕਤ ਹੈ ਉਹ ਮੈਂ ਜਾਣਦਾ, ਕਿਉਂਕਿ ਮੇਰਾ ਬੇਟਾ ਅਤੇ ਬੇਟੀ, ਬੇਟਾ ਗ੍ਰੈਜੂਏਸ਼ਨ ਕਰਦਾ ਉਹ ਵੀ ਮਤਲਬ ਵੀ ਰੁਕ ਗਿਆ, ਬੇਟੀ ਨੂੰ MPhil ਦੇ ਵਿੱਚ ਸੀਟ ਮਿਲ ਗਈ ਸੀ ਅੰਮ੍ਰਿਤਸਰ, ਅਤੇ ਸਿਰਫ ਉਹਦੀ ਅਸੀਂ ਐਡਮਿਸ਼ਨ ਨਹੀਂ ਕਰਾ ਸਕੇ, ਨੰਬਰ ਆ ਗਿਆ, ਦੂਜੇ ਨੰਬਰ 'ਤੇ ਆਈ। ਅਤੇ ਜਦੋਂ ਅਸੀਂ ਹਫ਼ਤਾ ਲੇਟ ਹੋ ਗਏ, ਸਾਡੇ ਕੋਲ ਪੈਸੇ ਪੂਸੇ ਨਾ ਆਏ, ਅਤੇ ਉਹਦੀ ਮਤਲਬ ਵੀ
एडमिशन रुक गई, मर गया साल ते डिफिकल्टियां बहुत ज्यादा आ रही। सतवंत सिंह जी, इन्नियां जथेबंदियां विचरदियां ने देशां विदेशां दे विच, किसे ने तुहाडी फाइनैंशियली मदद नहीं की? फाइनैंशियली मदद यह है भी मेरी बांह तां जिहड़ी फड़ी है खालड़ा मिशन ऑर्गेनाइजेशन ने फड़ी है, पर वो आप भी बेचारे फाइनैंशियल डाउन है। बाकी वैसे मेरे ने कोर्ट के तहसील के मतलब कचहरी आते जाते नाल, तो बाकी ये भी एक दो सिंह बाहरों जिन्होंने कोई मेरी मदद की थी, क्योंकि मैं एक इंटरव्यू दी सी उहदे विच कहा सीगा मैं मतलब भी बेघर हाँ बिल्कुल, 20 साल मैं किराया ते रहा जी, 20 साल किराए ते रहा। तो ऊ फिर सिंह मैनू कहिंदा भी चल मैं तेरी थोड़ी बहुत ही मदद करा, तू कुछ इधर अग्गा पिछा। उन्हें अपने तौर पर की या जथेबंदी वालों किसी? ना 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 ना, उन्हें अपने तौर पर की है, तो जथेबंदी नहीं किसी की नहीं। इधर जथेबंदी ने सिर्फ मेरी सपोर्ट की है मेरे नाल, खालड़ा मिशन ने की मेरे नाल मतलब मोढ़े ना मोढ़ा ला के खड़े है, तो बाकी जे किसी होर जथेबंदी ने बांह फड़न की कोशिश ही नहीं की। सतवंत सिंह जी, कोई सुप्रीम कोर्ट के जाना कोई खाला जी का वाड़ा तो है नहीं गा, वो खर्चा वगैरह फिर वो खालड़ा मिशन वाले कर रहे हैं? नहीं जी, ये खर्चा मैं इंसाफ ने मतलब मैंने वकील लेके दिता जी। अच्छा, जिन्होंने मेरी फिल्म बनाई है दी लास्ट किलिंग। अच्छा, ज़्यादातर तो तुम मेरी फिल्म दी लास्ट किलिंग वेखो, तो वो सारे टोटल ब्यौरे जो मेरा जो पुलिस ने किया कार्रवाई सारा कुछ बेच दे। मैं वो फिल्म देखी है, मैं नैट के उत्ते सारी जानकारी जी है जी वो पढ़ी है, वो तो सतवंत सिंह जी थोड़े बारे जिन्हें नहीं देखी वो उन्होंने जरूर जरूर देखना। तो हूँ मामला जोड़ा जी वो कितने खड़ा है? तो पहला मामला ये खड़ा जी भी सुप्रीम कोर्ट जो मैं चले गया जी, तुम सुप्रीम कोर्ट के रिट जी है ये पाई कि CBI की जाँच होनी चाहिए है? यस। अच्छा जी, वो ये है भी नोट्स हो गए पुलिस अफसर, नोट्स हो गए हूँ पुलिस अफसर भज रहे मेरे मगर, क्योंकि पुलिस अफसर कह रहे हैं भी 176 पुलिस अफसर मुलाजम आते हैं। हाँ जी, जेडे तुसी रखे हुए मुकाबले। यस। अच्छा, क्योंकि मैं दस्या सीगा भी मेरे सामने 10 बंदे मारे हैं, तो इन्होंने आप ही मनिया भी अभी तो 47 कतल किए जी। अच्छा, वो जज साहब मैंने JC गर्ग जज से वो मैनू आते भी ये तो कहें 47 कतल किए, तुम कहते 10 किए, मैं कहा इन्हें तो हजारा किए, पर जेडे मैं दसे वह तो बयान अकबालिया हुए नहीं। ये इन्होंने 32-32 36-36 बंदे घेरते विखाते, हूँ जेडे हम आप कह रहे हैं भी 10-15 बंद गुनाह सीगा, तो बाकी पुलिस को सजा को मिले तो तुम राजीनामा कर लो। मैं भी राजीनामा कर लो, पहला मेरी मंग आ है भी जेडे घरे मारे है तुम पहले उन्होंने दो, जो उन्होंने देंगे तो फिर फसद केस ऑटोमैटिकल ही आप मन गए जी, वो आप मन गए भी हाँ साढ़े तो हो गया है, आप हो गया। तो फिर मैं जो हो गया तो फिर तुम उन्होंने कोर्ट ने भी 10-10 लाख देने तुम दे दौ जी, थानू कह रहे 23 साल की दे दें 80 साल की पेंशन, वो यदा मतलब पुलिस महकमा दे रहा है तो महकमा ही कह रहा मैं तो जी, ये DGP साहब भेज रहे बार बार बंदे। कभी मीटिंग हुई आम सामने? आम सामने मेरी मीटिंग नहीं हुई, मैं जाने नहीं मीटिंग से, मेरा उन्होंने मीटिंग करने का की आइडिया। मेरे घर आए मेरे नाल दे मुंडे पुलिस अफसर, कि कोई सब इंस्पैक्टर है कोई इंस्पैक्टर है, तो जिवें DSP दर्शन सिंह कंध वाला वो मेरे घर 2-3 वारी गया, तो वो मैं कहता सी असी तो कोई गलत काम नहीं किया। मैं उन्हें दूजा बलदेव सिंह करमिती गोली उन्हें मारी, 6 गोलियां मारिया सी, तो आंदा मेरे घर बैठा मैनू आंदा आंदा कि मैं उस सर्विस रिवाल्वर चो अजे तक एक गलत काम नहीं किया। मैं कहीं एक नहीं 6 फायर किए हैं, मैं अखी वेख्या थानू, फिर वो मनिया भी है, वो आंदा भी चलो कितने चलते युद्ध हो गया होगा, मनी भी जाते सारा कुछ, तो बाकी ये भी थोड़ा जा प्रेशराइज करते। मैं क्या रिकॉर्डिंगा करी जाओ, उन्होंने मतलब है कि ये मंगे कुछ, पर मेरी मंग है भी जिन्होंने मारे उन्होंने दो, भी उन्होंने ये मुआवजा मिलना चाहिए, उन्होंने मुआवजा मिलना चाहिए। सतवंत सिंह जी, तुम आप ही दस्या कि परिवार की लड़ाई जी वो छड़ के फिर कौन चीज़ है थानू जी वो तोरी जा रही है भी नहीं मैं तो ये लड़ाई लड़नी है? देखो जी, साड़ी जी कौम है ना सिख कौम, गुरु साहब ने एक अंश चढ़ता वो खत्म नहीं हो सकता। मैं एक यही चीज़ वेखना चाहना भी की सानू न्याय मिल सकता, सच नूं न्याय मिल सकता,
मैं तो यही भी ना जजां दे विच भी किन्नी क इमानदारी हैगी है, पुलिस दे विच इमानदारी तो वेख ही ली है, सरकारां च इमानदारी वेख ली है, तो हुण जी जे सानूं उत्थों भी न्याय मिलता तो फिर असीं किवें कहांगे इंडिया मेरा देश है। बच्चे तुसी क्या बेटी दी एडमिशन नहीं हो सकी, बेटा संघर्ष करी जांदा, बच्चे नहीं रोकते भी ये की पंगे ले हुए? बच्चे तो जी मैं हुण तुहानूं दसा मेरे परिवार के बच्चे रिश्तेदार मैनूं तो कि लाइन में चल पिया, होर सज्जन मित्र मेरे यार दोस्त कहिंदे तू कि लाइन में चल रहा सारी दुनिया बदल गई, मैं दुनिया बदल गई मैं नहीं बदलना क्योंकि ये मनुखी तो घर की गल है, जे इस तरह खत्म होंगी होंगी तो फिर खत्म हो खत्म नहीं हो देनी, सच की आवाज आ, सच भी एक दिन कूड़न खुट्टे नानक उड़क सच रही, सच ने अगे आने आना। तो जदों तुसी घरों बाहर जाते हो किसी जगह उत्ते जाते हो थानू कभी लगता है कि कोई पिछा हो रहा जां कोई थोड़े ते हमला हो रहा? पहला सी गई, पहला सी 98 तक, उदू बाद फिर मैं जथेबंदियां सारियां नू मनुखी अधिकार कमिश्नर नू तो हुण उहनां दी शैडो है थोड़े ते? यस, उहदे पिछे बयान बाकी कुदरत दा सब तो वड्डा ओह सब तो गुरु नानक साहब दा सब तो वड्डा हत्थ मेरे ते। बिल्कुल जी, सतवंत सिंह माणक जी साडे नाल स्टूडियो दे विच ने। अगले सैगमेंट दे विच असी कोशिश करांगे जे थोड़ा कोई सवाल है जे तुसी सतवंत सिंह जी नू करना चाहुंदे हो तां स्क्रीन दे उत्ते आ रहे जिहड़े नंबर ने उहदे उत्ते तुसी कॉल कर सकदे हो, असी वापस परतांगे एक छोटी जी ब्रेक तो बाद, और जेकर थोड़ी इहदे विच शमूलियत होई तां नहीं तां फिर सतवंत सिंह माणक जी जो खुलासे उहनां ने किते ने जां इन्ने देर दे उह लगे होए ने अज भी उहनां दे विच उही एनर्जी जिहड़ी है जी उह है जिहड़ी कि 93 तो शायद सी। वापस परत रहे हैं एक छोटी जी ब्रेक तो बाद, स्वागत है जी एक बार फिर ब्रेक तो बाद फायर लाइन दे विच, और इस वेले तुहाडी कॉल आ सकती है जे तुसी सतवंत सिंह माणक जी दे नाल उहनां नूं कोई सवाल जिहड़ा उह पुछणा चाहुंदे हो जिहड़े कि इस वेले मनुखी अधिकारां दे वास्ते लड़ रहे ने। खालड़ा मिशन जिहड़ा है उहदे उह एक अहम जिहड़ा उह मैंबर ने, तुसी गल बार बार जिहड़ी जी उह खालड़ा मिशन दी सतवंत सिंह जी कीती, इस जिहड़ा खालड़ा मिशन है इह इस वेले की जिहड़े अदालती केस ने सिर्फ उन्हां दी पैरवाई कर रहा जां होर इस तों इलावा भी कोई सरगर्मियां ने तुहाडियां? होर भी है जिन्हां धक्का हो रहा उहनां दी भी गलबात सुणदे, जिन्हां किसी तरह दा धक्का हो रहा जां किसी नाल मतलब धी ना भैण ना उहदे विच वी हिस्सा लै रहे, ਇਹਦੀ ਜਿਹੜਾ ਫੰਡਿੰਗ ਵਗੈਰਾ ਜੀ ਫਿਰ ਉਹ ਕਿੱਥੋਂ ਆਉਂਦੀ ਹੈ ਕਿਉਂਕਿ ਜੇ ਹੁਣ ਫੰਡਿੰਗ ਫਿਰ ਉੱਥੇ ਆ ਜਾਂਦੀ ਕਿ ਫੰਡਿੰਗ ਤਾਂ ਮੈਂ ਤੁਹਾਨੂੰ ਆਪ ਦੱਸਾਂ ਹੀ, ਮੈਨੂੰ ਮੇਰੇ ਬੇਟੇ ਦੇ ਥੋੜ੍ਹਾ ਟਿਊਮਰ ਦੀ ਸ਼ਿਕਾਇਤ ਹੋ ਗਈ ਸੀਗੀ ਅਤੇ ਮੈਂ ਇੱਕ ਜਥੇਬੰਦੀ ਨੂੰ ਕਿਹਾ, ਮੈਂ ਕਿਹਾ ਯਾਰ ਮੇਰੀ ਮਦਦ ਕਰੋ ਅਤੇ ਵੀ ਲੋੜ ਆ ਮੈਨੂੰ ਜ਼ਰੂਰਤ ਆ, ਅਤੇ ਉਹ ਫਿਰ ਖਰੜਾ ਮਿਸ਼ਨ ਨੇ ਆਪਦੇ ਕੋਲੋਂ ਕਿਸੇ ਨੇ 5 ਕਿਸੇ ਨੇ 4 ਇਸ ਤਰ੍ਹਾਂ ਇਕੱਠੇ ਕਰਕੇ ਦਵਾਈ 2 ਕਰੀ ਦਵਾਈ, ਅਤੇ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਦਵਾਈ ਇੱਕ ਦਵਾਈ ਦੀ ਜ਼ਰੂਰਤ ਹੈ ਅਤੇ ਉਹ ਆਪਦੇ ਕੋਲੋਂ ਹੀ ਇਕੱਠੇ ਕਰਦੇ, ਮੈਨੂੰ ਇੰਨਾ ਇਹ ਨਹੀਂ ਕਹਿ ਸਕਦੇ ਬਾਹਰੋਂ ਫੰਡ ਆਉਂਦੇ ਉਹਨਾਂ। ਸਤਵੰਤ ਸਿੰਘ ਜੀ ਜਿਹੜਾ ਕੋਈ ਕਿਉਂਕਿ 10 ਮੁਕਾਬਲਿਆਂ ਦੇ ਉੱਤੇ ਆਪਾਂ ਫਿਰ ਜਿਹੜਾ ਆਈਏ ਜਿਨ੍ਹਾਂ ਨੂੰ ਤੁਸੀਂ ਇਸ ਵੇਲੇ ਲਿਜਾ ਰਹੇ ਹੋ ਸੁਪਰੀਮ ਕੋਰਟ ਤੱਕ ਲੈ ਗਏ ਹੋ, ਕੋਈ ਇਸ ਤਰ੍ਹਾਂ ਦੇ ਜਿਹੜੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜਿਹੜਾ ਉਸ ਮੁਕਾਬਲੇ ਦੇ ਦੌਰਾਨ ਤੁਸੀਂ ਦੇਖਿਆ ਉਹ ਅੱਜ ਤੱਕ ਉਹ ਭੁੱਲ ਨਹੀਂ ਸਕੇ? ਸਭ ਤੋਂ ਇੱਕ ਹੋਰ ਮਤਲਬ ਡਰਾਉਣੀ ਪਿਕਚਰ ਹੈ, ਬਰਜਿੰਦਰ ਸਿੰਘ ਬਿਜਲੀ ਵਾਲਾ ਸੀਗਾ ਜੀ, ਇਹਦੇ 2 ਬੇਟੀਆਂ ਹੋਈਆਂ ਸੀ, ਕਣੀਆਂ ਵਾਲਾ ਪਿੰਡ ਬਾਘੇ ਪੁਰਾਣੇ ਦੇ ਕੋਲ ਆ ਜੀ, ਇਹਦੇ ਘਰ ਵਾਲੀ ਕੋਲ ਬੇਟੀਆਂ ਸੀ, ਇਹ ਸਹੁਰੀ ਗਿਆ ਸੀਗਾ ਜੀ, ਸੰਪੂਰਨ ਸਿੰਘ ASI ਉੱਥੋਂ ਨੂੰ ਚੱਕ ਕੇ ਲਿਆ, ਉੱਥੋਂ ਚੱਕ ਕੇ ਲਿਆ ਅਤੇ ਉਹਨੂੰ ਕਹਿੰਦਾ ਵੀ ਕੋਈ ਨਹੀਂ ਪੁੱਛਦਾਸੀ ਕਰਨੀ ਹੈ, ਉਹ ਬਿਜਲੀ ਬੋਰਡ 'ਚ ਮੁਲਾਜ਼ਮ ਸੀ ਮੁੰਡਾ। ਅੱਛਾ ਜੀ, ਕੀ ਹੋਇਆ ਜੀ, 8 ਦਿਨਾਂ ਬਾਅਦ ਉਹਦੇ ਘਰ ਵਾਲੀ ਇੰਦਰਜੀਤ ਕੌਰ ਅਤੇ ਉਹਦੀ ਭਰਜਾਈ ਮਨਜੀਤ ਕੌਰ ਉਹ ਕੋਤਵਾਲੀ ਫਰੀਦਕੋਟ ਮਿਲਣ ਗਈਆਂ ਨੂੰ, ਮਲਾ ਤਾ ਇਹਨਾਂ ਨੂੰ, ਉਹਨੂੰ ਕਹਿੰਦੇ ਵੀ ਕੁੱਟਿਆ ਕੱਟਿਆ ਜ਼ਿਆਦੇ ਆ ਅਤੇ ਛੱਡ ਦਿਆਂਗੇ। ਹੁਣ ਇਹ ਵੇਖੋ ਜੀ, 10-12 ਦਿਨ ਦੀਆਂ ਬੱਚੀਆਂ 2 ਨਾਲ ਲੈ ਕੇ ਗਈਆਂ, ਜੋੜੀਆਂ ਬੇਟੀਆਂ ਹੋਈਆਂ ਸੀਗੀਆਂ, ਪੁਲਿਸ ਨੂੰ ਕੋਈ ਤਰਸ ਨਹੀਂ ਆ ਵੀ ਇਹ ਨਿੱਕੇ ਨਿੱਕੇ ਬੱਚਿਆਂ ਦਾ ਬਾਪ ਹੈ ਅਤੇ ਕੋਈ ਐਡਾ ਕੋਈ ਗੁਨਾਹ ਨਹੀਂ, ਕੋਈ ਮਗਰਸਾਈਕਲ ਦੇ ਮਗਰ ਬਹਿ ਕੇ ਕਿਸੇ ਨੇ ਕਹਿਤਾ ਵੀ ਇਹਦੇ ਮਗਰਸਾਈਕਲ ਦੇ ਮਗਰ ਬਹਿ ਕੇ ਆਏ, ਉਹ ਸਾਈਕਲ ਹੀ ਚੱਲਦੇ ਸੀਗੇ ਅਤੇ ਉਹ ਡਿਊਟੀ 'ਤੇ ਆ ਰਿਹਾ, ਇੱਕ ਮਗਰ ਬਹਿ ਕੇ ਆ ਗਿਆ ਅਤੇ ਕਿੱਡਾ ਕੁ ਗੁਨਾਹ ਕੀਤਾ ਜੀ ਉਹਨੇ। ਉਹ ਬਿਲਕੁਲ ਹੀ ਇਹ ਬੜੀ ਅਚੰਭੇ ਵਾਲੀ ਗੱਲ ਹੈ
ਵੀ ਕਿਸੇ ਨੂੰ ਹੱਥ ਦੇ ਦੇਣਾ, ਮੈਨੂੰ ਬਾ ਕੇ ਲੈ ਜਾ, ਅਤੇ ਬੱਚਿਆਂ ਵੱਲ ਨਹੀਂ ਸੋਚਿਆ ਅਤੇ ਬੱਚਿਆਂ ਨੇ ਵੀ ਨਹੀਂ ਸੋਚਿਆ, ਅਤੇ ਬਸ ਪੁਲਿਸ ਨੇ ਮੁਕਾਬਲਾ ਬਣਾ ਕੇ ਅਤੇ ਫਿਰ ਮੁਕਾਬਲਾ ਕਿਸ ਤਰੀਕੇ ਨਾਲ ਵੱਡੀਆਂ ਜਿਹੜੇ ਰਾਜਸਥਾਨ ਵਾਲੀ ਨਹਿਰ ਹੈ ਨਾ, ਤੁਸੀਂ ਦੀ ਲਾਸਟ ਕਿਲੇ ਵੇਖੀ ਹੈ, ਉਹਦੇ ਵਿੱਚ ਮੈਂ ਜਿਹੜੀ ਨਹਿਰ ਵਿਖਾਈ ਹੈ, ਉਸ ਨਹਿਰ ਦੇ ਉੱਤੇ ਗੁਰਮੇਜ ਸਿੰਘ ਢੋਲਾ ਇੰਸਪੈਕਟਰ ਮੈਂ ਨਾਲ ਸੀਗਾ ਜੀ, ਮੈਂ ਨਾਲ ਸੀ, ਮੈਂ ਅਗਲੇ ਪਾਸੇ ਮੈਂ ਅਤੇ ਇੱਕ ਅਜਮੇਰ ਸਿੰਘ ਹੁਣ ਉਹ ਹੌਲਦਾਰ ਆ ਮੁੰਡਾ, ਅਤੇ ਅਗਲੇ ਪਾਸੇ ਖੜ੍ਹੇ ਹਾਂ, ਅਤੇ ਇਹਨਾਂ ਨੇ ਕੀ ਕੀਤਾ, ਜਿਹੜੇ ਗੁਰਮੇਜ ਸਿੰਘ ਦੇ ਗਨਮੈਨ ਸੀ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ, ਉਹਨਾਂ ਨੇ ਗੋਲੀਆਂ ਮਾਰੀਆਂ ਦੇ ਧੌਣ 'ਚ, ਇੱਕ ਨਿਰਮਲ ਸਿੰਘ ਰਾਜਿਆਂ ਦਾ ਮੁਕਾਬਲਾ ਉੱਥੇ ਵਿਖਾਇਆ ਸੀਗਾ, ਅਤੇ ਇੱਕ ਵਿਖਾਇਆ ਸੀ ਬਲਜਿੰਦਰ ਸਿੰਘ ਬੀਲੀਆ ਦਾ, ਇਹ ਜਿਹੜਾ ਬਲਵਿੰਦਰ ਸਿੰਘ ਬਲਜਿੰਦਰ ਸਿੰਘ ਦੋ ਨਾਂ, ਇੱਕੇ ਉਰਫ ਪੈਂਦਾ ਇਹ। ਅੱਛਾ ਜੀ, ਇਹਨੇ ਜਦੋਂ ਗੋਲੀਆਂ ਮਾਰਤੀਆਂ ਮਰ ਗਿਆ, ਉਦੋਂ ਬਾਅਦ ਫਿਰ ਇਹਦੀ ਧੌਣ ਕੱਟੀ ਕਾਪੇ ਨਾਲ। ਅੱਛਾ, ਕਾਪੇ ਨਾਲ ਧੌਣ ਕੱਟੀ ਅਤੇ ਸੈਰੋਂ ਦਾ ਸੱਟਤਾ ਨਹਿਰ ਦੇ ਵਿੱਚ, ਫਿਰ ਉਹ ਕਾਪੇ ਨਾਲ ਅਤੇ ਕਿਰਪਾਨ ਨਾਲ ਉਹਦਾ ਪੇਟ ਪਾੜਿਆ। ਕਿਹਨੇ ਕੱਟੇ ਉਹ? ਇਹ ਜਾਂ ਮੁਖਤਿਆਰ ਸਿੰਘ ਸੀਗਾ ਸਿਪਾਹੀ, ਇੱਕ ਚਮਨ ਲਾਲ ਸੀ ਸਿਪਾਹੀ, ਇਹ ਇੱਕ ਕਟਵਾਏ ਕਿਹਨੇ? ਗੁਰਮੇਜ ਸਿੰਘ ਇੰਸਪੈਕਟਰ ਢੋਲੇ ਨੇ। ਅੱਛਾ ਅੱਛਾ ਜੀ, ਉਹਦੀ ਡੈੱਡ ਬਾਡੀ ਜਿਹੜੀ ਨਹਿਰ 'ਚ ਰੋੜਤੀ, ਅਤੇ ਜਿਹੜਾ ਨਿਰਮਲ ਸਿੰਘ ਨਿੰਮਾ ਸੀਗਾ, ਨਿਰਮਲ ਸਿੰਘ ਨਿੰਮੇ ਦੀ ਡੈੱਡ ਬਾਡੀ ਆ ਕੇ ਸਦਰ ਮਤਲਬ ਵੀ ਫਰੀਦਕੋਟ ਉੱਥੇ ਜਮ੍ਹਾਂ ਕਰ, ਉਹਨਾਂ ਨੇ ਪਤਾ ਨਹੀਂ ਉਹ ਸਾੜੀ ਹੈ ਜਾਂ ਕਿੱਥੇ ਕੀਤੀ, ਉਹ ਉਹਨਾਂ ਨੂੰ ਪਤਾ। ਇਸ ਤਰ੍ਹਾਂ ਮਤਲਬ ਵੀ ਦਰਦਨਾਕ, ਅਤੇ ਜਦੋਂ ਕਿ ਇੱਕ ਡੀ ਐੱਸ ਪੀ ਮੇਰੇ ਕੋਲ ਆਉਂਦਾ ਰਾਜੀਨਾਮੇ ਵਾਸਤੇ, ਉਹ ਦਰਸ਼ਨ ਸਿੰਘ ਕੰਧ ਵਾਲਾ, ਉਹ ਕਹਿੰਦਾ ਤੂੰ ਇਹ ਆਹ ਖੁਲਾਸਾ ਕੀਤਾ ਅਤੇ ਵੀ ਪੇਟ ਪਾੜ ਕੇ ਅਤੇ ਪੁਲਿਸ ਆਕਾ ਚੀਰ ਪਾੜ ਪੇਟ ਚਾਕ ਕਰਦੀ ਸੀ। ਮੈਂ ਖੁਲਾਸਾ ਮੈਂ ਗਲਤ ਨਹੀਂ ਕੀਤਾ, ਮੈਂ ਅੱਖੀ ਵੇਖਿਆ, ਔਰ ਕਰਦੀ ਹੈ ਪੁਲਿਸ, ਪੁਲਿਸ ਨੇ ਤਾਂ ਇੱਦੋਂ ਬੜੇ ਦਰਦਨਾਕ ਕੰਮ ਕੀਤੇ ਆ, ਬੱਚਿਆਂ ਦੇ ਲੁੱਕ ਪਾ ਪਾ ਕੇ ਸਾਰਾ ਪਰਿਵਾਰ ਜੀਰੇ ਕੋਲ, ਤੁਸੀਂ ਦੇਖਿਆ ਸੱਤ ਜੀ ਮਾਰੇ ਸੀਗੇ ਲੁੱਕ ਪਾ ਪਾ ਕੇ, ਅਤੇ ਪਾੜ ਕੇ ਖਾਲੜਾ ਸਾਹਿਬ ਨੂੰ ਉੱਧਰ ਜੀਪ ਨਾ ਬੰਨਿਆ, ਉੱਧਰ ਜੀਪ ਨਾਲ ਪਾੜ ਕੇ ਮਾਰਤਾ। ਇੱਦੂ ਮੈਂ ਕਿਹਾ ਵੀ ਘਨੌਣੇ ਕਾਰਵਾਈ ਕਿਹੜੀ ਹੋ ਸਕਦੀ ਹੈ, ਫਿਰ ਚੁੱਪ ਕਰ ਗਿਆ। ਮੈਂ ਕਿਹਾ ਨਹੀਂ ਚੰਗੀ ਤਰ੍ਹਾਂ ਜੇ ਕਹਿੰਦਾ ਤੈਨੂੰ ਕਨਫਰਮ ਵੀ ਕਰਾ ਦਿੰਦਾ, ਫਿਰ ਉਹ ਚੁੱਪ ਕਰ ਗਿਆ। ਇਸ ਤਰ੍ਹਾਂ ਉਹਨੂੰ ਬੰਦੇ ਨੂੰ ਮਾਰਿਆ। ਜਿਹੜੀਆਂ ਤਰੀਕਾਂ ਤੁਹਾਡੇ ਕੋਲ ਮੌਜੂਦ ਨੇ, ਜਿਹੜੇ ਮੁਕਾਬਲਿਆਂ ਦੀ ਤੁਸੀਂ ਗੱਲ ਹੁਣ ਤੱਕ ਲਿਜਾ ਰਹੇ, ਉਹ ਕਦੋਂ ਕਦੋਂ ਹੋਏ ਨੇ ਸਾਰੇ ਤਕਰੀਬਨ, ਜੇ ਤੁਸੀਂ ਦੱਸਣਾ ਚਾਹੋ ਤਾਂ? ਹਾਂਜੀ, ਜਿਵੇਂ 28/11/92 ਨੂੰ ਤਾਂ ਬਲਜੀਤ ਸਿੰਘ ਵੱਡਾ ਘਰ ਰਮਾਣ 'ਤੇ ਲਿਆਂਦਾ, ਅਤੇ 29/11/92 ਨੂੰ ਉਹਦਾ ਮੁਕਾਬਲਾ ਬਣਾਤਾ। ਅੱਛਾ ਜੀ, 91 ਦੇ ਵਿੱਚ ਹੀ ਸੋਢੀ ਸਤਵੰਤ ਸਿੰਘ ਦਾ ਕੀਤਾ ਜੀ। ਫਿਰ ਅੱਗੇ ਆ ਜਾਓ ਜੀ, ਦੂਸਰਾ ਹੈਗਾ, ਤੁਸੀਂ 92 'ਚ ਦੱਸ ਰਹੇ ਹੋ ਪਹਿਲਾਂ, ਜਿਹੜਾ ਇਹ 91/92/93 ਦੇ ਵਿੱਚ ਚੱਲਦਾ ਜੀ। ਅੱਛਾ ਜੀ, ਅਤੇ ਹੁਣ 20/3/92 ਨੂੰ ਘਣੀਏ ਵਾਲੇ ਤੋਂ ਪਰਜਿੰਦਰ ਸਿੰਘ ਬੀਲੀਆ ਨੂੰ ਫੜਿਆ, 20/3/92 ਨੂੰ ਫੜਿਆ, ਅਤੇ ਇਹਨਾਂ ਨੇ ਕੀ ਕੀਤਾ, 3/4/92 ਨੂੰ ਉਹਨੂੰ ਫੜਿਆ, ਸ਼ੋ ਖਾ ਲਿਆ, ਪਕੌੜਾ ਸ਼ੋ ਕਰਤਾ, ਅਤੇ 6/4/92 ਨੂੰ ਉਹਦਾ ਮੁਕਾਬਲਾ। ਹੁਣ 3 ਡੇਟਾਂ ਆਈਆਂ ਵਿੱਚ ਇਹਦੇ, ਉੱਧਰ ਬਲਜੀਤ ਸਿੰਘ ਦੇ 2 ਡੇਟਾਂ ਆਈਆਂ, ਅਤੇ ਹੁਣ ਇੱਕ ਬੰਦਾ 20-20 ਦਿਨ ਫੜ ਕੇ ਇੰਟੈਰੋਗੇਸ਼ਨ ਕਰਨਾ, ਜਿਹੜਾ ਸੀਗਾ ਬਲਦੇਵ ਸਿੰਘ ਕਰਮਿੱਤੀ ਉਹਨੂੰ 25 ਦਿਨ ਪਹਿਲਾਂ ਫੜਿਆ, ਬਲਦੇਵ ਸਿੰਘ ਕਰਮਿੱਤੀ ਨੂੰ ਮੇਰੇ ਪਿੰਡ ਤਲਵੰਡੀ ਭਾਈ ਤੋਂ ਫੜਿਆ, ਉਹਨੂੰ ਉਹਨਾਂ ਦੇ ਟਰੱਕ ਸੀਗੇ ਅਤੇ ਉਹ ਪਲੇਟੀ ਦੇ ਮਤਲਬ ਵੀ ਜਿਹੜੇ ਕਨੈਕਟਰ ਡਰਾਈਵਰ ਉਹਨੇ ਰੋਟੀ ਲੈ ਕੇ ਆਇਆ ਸੀ, ਉੱਥੋਂ ਬਾਲਾ ਕੈਟ ਸੀ ਬੂਈਆਂ ਵਾਲੇ ਦਾ, ਅਤੇ ਉਹਨੇ ਮਤਲਬ ਵੀ ਉਹ ਫੜਾਇਆ ਸੀ, ਉਹਨੂੰ ਲੈ ਗਏ ਜੀ ਕੋਤਵਾਲੀ ਫਰੀਦਕੋਟ, ਨਗਿੰਦਰ ਸਿੰਘ ਰਾਣਾ SHO, ਉੱਥੇ 8 ਦਿਨ ਇੰਟੈਰੋਗੇਸ਼ਨ ਕੀਤਾ, ਫਿਰ CI ਫਰੀਦਕੋਟ ਕੁਛ ਕੁ ਦਿਨ ਇੰਟੈਰੋਗੇਸ਼ਨ ਕੀਤਾ, ਫਿਰ ਉਹਨੂੰ ਲੈ ਕੇ ਚੱਕ ਕੇ ਬੱਧਣੀ ਥਾਣੇ, ਉਹਦਾ ਮੁਕਾਬਲਾ ਬੱਧਣੀ ਥਾਣੇ 'ਚ ਦਰਸ਼ਨ ਸਿੰਘ ਕੰਧ ਵਾਲੇ ਨੇ ਕੀਤਾ ਆਪਦੇ ਸਰਵ ਸਲਵਾਰ ਨੂੰ 6 ਫੈਰ ਮਾਰ। ਇਹ ਕੀ ਕਾਰਨ ਸੀਗਾ ਸਤਵੰਤ ਸਿੰਘ ਜੀ, ਕਿ ਤੁਸੀਂ ਵਾਰ ਵਾਰ ਜ਼ਿਕਰ ਕਰਦੇ ਹੋ ਕਿ ਫਰੀਦਕੋਟ ਜਿਹੜਾ ਸੀ ਇਹ ਸਟਾਫ ਸੀਗਾ ਉੱਥੋਂ ਤਕਰੀਬਨ ਬਚ ਜਾਂਦੇ ਸੀਗੇ, ਮੋਗੇ ਜ਼ਿਆਦਾ ਕਿਉਂ ਹੁੰਦੇ ਰਹੇ ਮੁਕਾਬਲੇ ਇਹਦੇ ਏਰੀਏ? ਉਦੋਂ ਇਸ ਤਰ੍ਹਾਂ ਸੀ, ਪੁਲਿਸ ਅਫਸਰਾਂ ਨੂੰ ਭੁੱਖ ਹੀ ਬੜੀ ਪਈ ਸੀ ਵੀ ਮੇਰੇ ਸਟਾਰ ਲੱਗ ਜਾਣਗੇ, ਮੈਂ SHO ਲੱਗ ਜਾਊਂਗਾ, ਚੰਗੇ ਪੈਸੇ ਵੱਢੂ, ਚੰਗੀ ਜਮਾ ਜ਼ਮੀਨ ਜਾਇਦਾਦ ਬਣਾਊਂਗਾ, ਬੰਦੇ ਬਾਹਰ ਸੱਟ ਕੋ ਬੱਚੇ ਆਪਦੇ, ਅੱਜ ਕੱਲ੍ਹ ਸਾਰਿਆਂ ਦੇ ਬੱਚੇ ਸੱਟ ਬਾਹਰ ਅਮੈਰੀਕਾ ਕਨੇਡਾ ਸਾਰੇ ਪੁਲਿਸ ਅਫਸਰਾਂ ਦੇ। ਹੁਣ ਇੱਕ ਅਜਮੇਰ ਸਿੰਘ ਇਸ ਸਹੀ ਹੈ,
तो मैं सुप्रीम कोर्ट तो उन्होंने कहा भी आ बंदे नोट्स भी मतलब भी इन्होंने नोट्स नहीं लाए तो इन्हों का पता करके दसो समन नहीं लाए तो मैं उन्होंने कहा भी चलो ठीक है जी। मैं उदी रिहायश पर गया, जो तो रिहायश पर गया तो उदी जी सालेहार से साले का मुंडा सी उन्होंने इस गल की भिणक सी भी ये केस चलता तो उन्हें की किया जी। उन्हें अपनी कोठी बेचती तो दोवें मुंडा तो कुड़ी आस्ट्रेलिया भेज दे। अच्छा आप हुण पुलिस लाइन च लै रहा। अच्छा क्योंकि बच्चे सारे सैट कर ले। किन्ने क अफसर जिहड़े आ ओह पंजाब च रहिंदे आ जिन्हां जिहड़े इन्हां मुकाबलियां दे विच तुसीं केस चले है? तकरीबन 5-4 बाहर आ, बाकी तो सारे पंजाब च ही है। अच्छा बाहर कितें आस्ट्रेलिया च ने? जिवें हुण हरदयाल सिंह मल्ली इंस्पैक्टर है वह कह रहे भी वह कनेडा है। एक हैगा सीगा ईश्वर चंद्र वह भी कनेडा गया ते दो तीन होर पुलिस अफसर। चलो कोई गल नहीं, वो तो जो सुप्रीम कोर्ट तो FIR दे आर्डर हो गया आपे आ जाएंगे जिते मर्जी जावन। तो जेडे तुसी दस रहे हो 176 दे जिहड़ा जी वह करीब ने जिहड़े जिहड़े सारे जिउंदे ने अजे? हाँ जिंदे है जी, बिच कोई मर भी गए, 2-4 मरे जिवें बचन सिंह रंधावा DSP मर गया तो गुरदेव सिंह हौलदार सीगा DSP का गनमैन सीगा वो मर गया तो एक मुंडा DTO का गनमैन सीगा कुलविंदर सिंह वो मर गया, 3 क मर गए है बाकी सारे है। तो ये जिहड़े हैगे ने जिवें तुसीं कहिंदे हो कि उहदे घर दा तुसीं आप जिहड़ा जी वह पता करन चले गए कि कितने जिहड़ा जी वह रहिंदा? तो सतवंत सिंह जी थोनू नहीं लगता तुसीं अग नाल खेड रहे हो? तो जदों है भी शहर उखली जी तो सट्टा का की डर है, हुण नहीं कोई डर लगता जी। हुण तो अद्धे तो मरे किते कोई काम तो मैं कर नहीं सकता, कोई इंटरोगेशन किते मेरे 2 जिहड़े मणके है दबे हुए है। थानू इंटरोगेट किया? हाँ जी हाँ जी, मेरे पट पुट पाड़े चंगी तरह 42 दिन इंटरोगेशन किया। किस केस च? तो इस केस च भी मतलब तू आवाज क्यों उठाई है? अच्छा जी, इंटरोगेशन किया बचन सिंह रंधावा ने। अच्छा उन्हें किया? उन्हें किया, SP सुरजीत सिंह ने किया। हुण सुरजीत सिंह दे SP सुरजीत सिंह दे घर वाली कह रही है उन्हें ब्लड प्रेशर के दौरे पै रहे हैं, उन्हें मानक मैनू मिला दो तो मैं पैर फड़ लूँगी तो राजीनामा कर ले भी उन्हें ब्लड प्रेशर के दौरे पे। उन्हें आपदे बंदे मरण का खतरा हो गया तो जिहड़े मारे उन्होंने कोई याद चत नहीं, वो तो गनमैन मैं आके दसदा आ गल है। मैं कोई नहीं, सच्चे पातशाह तो वेंदा ही है ना। इसी तरह ही मेरे नाल दलजीत सिंह राजपूत ने की सी, मेरे वकील ने उहदे दफ्तर दे विच बैठ के मैं गुरु नानक साहब दे सरूप लगा सी। मैं कहा सच्चा पातशाह मैं तो सच दी आवाज़ लैके चलिया तो ये वेख गया, इहनू तू वेखी जिहड़ी भैड़ी हालत ना वह मरिया ना जी, बहुत ही बुरा मरिया। इत्थे आ सारा कुछ क्योंकि मेरा तो गुरु नानक साहब ते छड्या कूड़न खुट्टे नानका तो ओड़क सच रियाज सच जगात सच हैप्पी सच नानक होसी पीस तो रहना भी सच है तो फिर क्यों ना सच की आवाज़ दीए क्योंकि साढ़े ना धक्के हुए है। मेरे फादर साहब ना उहदा की गुनाह सीगा भी लड़ाई मेरे ना सीगी, मेरे फादर साहब का की गुनाह, मेरे भणोइयां का की गुनाह, मेरे भाणजियां का, मेरे भरावां का की गुनाह सीगा? सानू उजाड़ता तो जे असी ये मतलब ये जवाब नहीं देंदे। हैलो जी सतवंत सिंह जी, एक मिनट, सत श्री अकाल जी। हेलो सत श्री अकाल वीर जी। हाँ जी हाँ जी हाँ जी, की कहना चाहते हो जी? असि जी कुछ साडे सवाल ने इन्हां प्रति जो तुसीं जी 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 इंटरव्यू करवा रहे हो। जी 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 सुन रहे ने जी सतवंत सिंह जी, सुन रहे ने जी, दसो। हाँ जी सर जी, इन्हां नूं एक मेरा बेनती है जी के देखो आपा, मैं एक बचपन च हुंदा सी ते मैं मद्रास दे विच मैं अपने डैडी दे नाल ट्रेन क्रॉस कीती जी ते साडे जिहड़े ना सानू सीट छड़ दित्ती उहनां ने मद्रासियां ने। अच्छा जी, इन्नी इज्जत कानपुर दे अंदर सिखां दीआं वड्डीआं वड्डीआं ट्रांसपोर्टां सी, राज कर रहे सी दिल्ली दे अंदर सिख। दसो के ये भाई साहब जिहड़े तुसीं बिठाए आ ਬਿਜ਼ਨਸ ਕਰੋਗੇ, ਕੀ ਉੱਥੇ
ਉਹਨੂੰ ਐਕਸਪੈਂਡ ਕਰੋਗੇ। ਹੁਣ ਮਤਲਬ ਦੇਖੋ ਸਾਡੀ ਸਿੱਖਾਂ ਦੀਆਂ ਧੀਆਂ ਭੈਣਾਂ ਇਹਨਾਂ ਨੇ ਇੱਜ਼ਤ ਬੇਕਾਰ ਕਰਵਾ ਦਿੱਤੀ। ਇੱਕ ਮਿੰਟ ਮੈਂ ਤੁਹਾਡੇ ਤੋਂ ਇੱਕ ਮਿੰਟ ਗੱਲ ਸੁਣਨਾ। ਸਤਵੰਤ ਸਿੰਘ ਹੋਰਾਂ ਨੇ ਵੱਖਰੇ ਮੁਲਕ ਦੀ ਜਾਂ ਖਾਲਿਸਤਾਨ ਦੀ ਗੱਲ ਤਾਂ ਕੀਤੀ ਨਹੀਂ ਇਹਦੇ ਵਿੱਚ ਜੀ। ਜੀ ਸਰ ਜੀ, ਪਰ ਤੁਸੀਂ ਇਹ ਮੈਨੂੰ ਦੱਸੋ ਕਿ ਦਰਬਾਰ ਸਾਹਿਬ ਜਿੱਥੇ ਲੋਕੀ ਆਪਣਾ ਸ਼ਰਧਾ ਦੇ ਫੁੱਲ ਲੈ ਕੇ ਜਾਂਦੇ ਨੇ, ਜੇ ਤੁਸੀਂ ਲੜਾਈ ਲੜਨੀ ਹੈ ਨਾ ਤੁਸੀਂ ਤੁਸੀਂ ਬਾਹਰ ਕਿਤੇ ਉਹ ਆ। ਮੈਂ ਤੁਹਾਡੇ ਨਾਲ ਸਹਿਮਤ ਹੋ ਗਿਆ ਜੀ, ਮੈਂ ਤੁਹਾਡੇ ਨਾਲ ਸਹਿਮਤ ਹੋ ਗਿਆ। ਇੱਕ ਮਿੰਟ, ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਮੈਂ ਕਰ ਰਿਹਾ ਜੀ ਤੁਹਾਡੇ ਨਾਲ, ਮੈਂ ਤੁਹਾਨੂੰ ਸਿੱਧਾ ਦੇਖ ਰਿਹਾ ਜੀ 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 ਟੀਵੀ ਤੇ ਜੀ। ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀ ਜੀ, ਦਰਬਾਰ ਸਾਹਿਬ ਦੇ ਵਿੱਚ ਸੇਵਾ ਲੱਗੀ ਸੀ ਤੇ ਅਸੀਂ ਭਿੰਡਰਾਂ ਵਾਲੇ ਨੇ ਇੱਕ ਨਿੱਕੀ ਜਿਹੀ ਪਾਟੀ ਆਪਣੇ ਸਿਰ ਤੇ ਚੁੱਕੀ, ਚੁੱਕੀ ਬਾਟੀ ਇੱਕ ਨਿੱਕੀ ਜੀ ਤੇ ਉੱਥੇ ਆ ਗਏ ਜੀ ਅਖਬਾਰਾਂ ਵਾਲੇ ਫੋਟੋਆਂ ਖਿੱਚਣ। ਮੈਂ ਨਿੱਕਾ ਜਿਹਾ ਬੱਚਾ ਹੁੰਦਾ ਸੀ ਤੇ ਮੈਂ ਨਾਲ ਟੋਕਰਾ ਚੁੱਕ ਕੇ ਤੇ ਐ ਨੂੰ ਦੇਖਣ ਲੱਗ ਪਿਆ, ਮੇਰੀ 13 ਸਾਲ ਉਮਰ ਸੀ ਉਦੋਂ। ਕਹਿੰਦੇ ਚਲ ਚੱਲ ਇੱਥੋਂ ਭੱਜ, ਟੋਕਰਾ ਲੈ ਕੇ ਇੱਧਰ ਘਰ ਫੋਟੋ ਖਿੱਚਣ ਡਏ ਨੇ। ਆਹ ਭਿੰਡਰਾਂ ਵਾਲਾ ਸੀ, ਦੇਖੋ ਜੀ ਉਹ ਫੋਟੋਆਂ ਖਿਚਾਉਣ ਵਾਸਤੇ ਕਿ ਮੈਂ ਦਰਬਾਰ ਸਾਹਿਬ ਦੀ ਸੇਵਾ ਕਰ ਰਿਹਾ, ਉਹਨੂੰ ਤੁਸੀਂ ਸੰਤ ਹੋਵੋਗੇ? ਚਲੋ ਖੈਰ, ਐਨੀਵੇ ਇਸ ਤਰ੍ਹਾਂ ਹੈ, ਕੀ ਨਾਮ ਦੱਸਿਆ ਤੁਸੀਂ? ਦੇਖੋ ਇਸ ਤਰ੍ਹਾਂ ਹੈ ਰਜਿੰਦਰ ਸਿੰਘ ਜੀ, ਤੁਸੀਂ ਸਾਰੀ ਗੱਲ ਮੈਂ ਤੁਹਾਡੀ ਏਅਰ ਦੇ ਉੱਤੇ ਜਿਹੜੀ ਜੀ ਚਲੇਗੀ ਤੁਸੀਂ ਕਹਿ ਦਿੱਤੀ। ਦੇਖੋ ਨਾ ਤਾਂ ਟੋਪਿਕ ਜਿਹੜਾ ਜੀ ਉਹ ਇੱਥੇ ਅਸੀਂ ਇਹ ਰੱਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਕੀ ਹੋਇਆ, ਉੱਥੇ ਕੌਣ ਗਲਤ ਸੀ ਕੌਣ ਠੀਕ ਸੀ, ਇਹ ਟੋਪਿਕ ਹੀ ਨਹੀਂ ਰੱਖਿਆ। ਸਤਵੰਤ ਸਿੰਘ ਹੋਰੀ ਜਿਹੜੇ ਗੱਲ ਕਰ ਰਹੇ ਨੇ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਆ, ਅਸੀਂ ਜਿਹੜਾ ਕੇਂਦਰਿਤ ਆ ਉਹ ਮਨੁੱਖੀ ਅਧਿਕਾਰਾਂ ਦੇ ਉੱਤੇ ਹੀ ਜਿਹੜਾ ਉਹ ਰਹਿਣਾ ਚਾਹੁੰਦੇ ਆ। ਇਸ ਇੱਕ ਕਾਲ ਜੀ, ਉਦੋਂ ਬਾਅਦ ਅਸੀਂ ਚੱਲਾਂਗੇ ਬ੍ਰੇਕ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਜੀ, ਮੈਂ ਪੁੱਛਣਾ ਸੀਗਾ ਜਿਹੜਾ ਇਹਨਾਂ ਨੇ ਐਸ ਪੀ ਆ ਸਰਜੀਤ ਸਿੰਘ ਦਾ ਨਾਂ ਲਿਆ ਸੀਗਾ, ਉਹ ਐਸ ਪੀ ਆ ਗਰੇਵਾਲ ਸੀਗਾ ਜੀ? ਨਹੀਂ 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 ਗਰੇਵਾਲ ਨਹੀਂ ਜੀ, ਠੀਕ ਹੈ ਜੀ। ਅੱਛਾ ਜੀ, ਹਾਂਜੀ, ਥੈਂਕ ਯੂ। ਓਕੇ ਜੀ, ਬੜੀ ਮਿਹਰਬਾਨੀ। ਅਸੀਂ ਸਤਵੰਤ ਸਿੰਘ ਜੀ ਦੇ ਨਾਲ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ, ਤੁਹਾਡੀਆਂ ਕਾਲਸ ਵੀ ਜਿਹੜੀਆਂ ਆ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ। ਸਵਾਗਤ ਹੈ ਜੀ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ। ਸਤਵੰਤ ਸਿੰਘ ਮਾਣਕ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਜੋ ਪ੍ਰੋਗਰਾਮ ਸ਼ੁਰੂ ਹੋਇਆ ਤੁਸੀਂ ਥੱਲੇ ਵੀ ਲਿਖਿਆ, ਉਹਨਾਂ ਦਾ ਜਿਹੜਾ ਦੇਖ ਰਹੇ ਹੋ ਉਹ ਹਿਊਮਨ ਰਾਈਟ ਐਕਟਿਵਿਸਟ ਨੇ, ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਨੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਥੋੜ੍ਹੇ ਲੋਕ ਜਿਹੜੇ ਉਹ ਰਹਿ ਗਏ ਨੇ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਨਿਰੰਤਰ ਖਾਤਮੇ ਵੱਲ ਨੂੰ ਨੇ, ਵਿਸ਼ਵ ਪੱਧਰ ਦੇ ਉੱਤੇ, ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ। ਜਿੰਨਾ ਘਾਣ ਮਨੁੱਖੀ ਅਧਿਕਾਰਾਂ ਦਾ 80ਵਿਆਂ ਦੇ ਵਿੱਚ ਹੋਇਆ, ਅੱਜ ਵੀ ਕੋਈ ਘੱਟ ਨਹੀਂ ਹੋ ਰਿਹਾ। ਅੱਜ ਵੀ ਉਸੇ ਤਰੀਕੇ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਜਿਹੜੇ ਉਹ ਜਾਰੀ ਨੇ। ਜਦੋਂ ਵੀ ਕੋਈ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦਾ ਹੈ, ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ, ਉਸ ਬੰਦੇ ਦੀ ਜੋ ਹੋ ਸਕੇ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨੂੰ ਪੈਸੇ ਦੇਣੇ ਆ ਕਿ ਇੰਨੇ ਪੈਸੇ ਉਹਦੇ ਤੱਕ ਪਹੁੰਚਾ ਤੇ, ਉਹਦੀ ਉਹਨੂੰ ਐਪਰੀਸ਼ੀਏਟ ਕਰ ਦੇਣਾ, ਉਹਨੂੰ ਇਹ ਸ਼ਾਬਾਸ਼ੀ ਦੇ ਦੇਣੀ ਕਿ ਸ਼ੁਕਰ ਹੈ ਕੋਈ ਬੰਦਾ ਜਿਹੜਾ ਉਹ ਦੂਜਿਆਂ ਦੇ ਵਾਸਤੇ ਬੋਲ ਰਿਹਾ। ਦੂਸਰਿਆਂ ਦੇ ਵਾਸਤੇ ਲੜਾਈ ਲੜਨੀ ਸੌਖੀ ਨਹੀਂ ਹੁੰਦੀ। ਜਿਹੜੇ ਪਹਿਲੇ ਕਾਲਰ ਸਨ, ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਨੀ ਚਾਹੁੰਦਾ ਕਿ ਜੇ ਉਹਨਾਂ ਨੇ ਪੂਰਾ ਪ੍ਰੋਗਰਾਮ ਨਹੀਂ ਦੇਖਿਆ, ਰਿਪੀਟ ਹੋਵੇਗਾ ਪ੍ਰੋਗਰਾਮ, ਉਹ ਦੇਖ ਲੈਣ ਇਸ ਪ੍ਰੋਗਰਾਮ ਨੂੰ ਕਿ ਸਾਡਾ ਸਬਜੈਕਟ ਕੀ ਸੀਗਾ। ਸਬਜੈਕਟ ਨਾ ਤਾਂ ਦਰਬਾਰ ਸਾਹਿਬ ਦੇ ਵਿੱਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਕੀ ਹੋਇਆ, ਕੌਣ ਜ਼ਿੰਮੇਵਾਰ ਹੈ, ਨਾ ਉਹ ਸਬਜੈਕਟ ਹੈ, ਨਾ ਖਾਲਿਸਤਾਨ ਜਿਹੜਾ ਜੀ ਉਹ ਸਬਜੈਕਟ ਹੈ। ਸਬਜੈਕਟ ਹੈ ਜੀ ਮਨੁੱਖੀ ਅਧਿਕਾਰ, ਔਰ ਮਨੁੱਖੀ ਅਧਿਕਾਰਾਂ ਦੇ ਵਾਸਤੇ ਹੀ ਅਸੀਂ ਸਤਵੰਤ ਸਿੰਘ ਮਾਣਕ ਜੀ ਜਿਹੜੇ ਨੇ ਉਹ ਲੜਦੇ ਨੇ, ਉਹਨਾਂ ਨੂੰ ਜਿਹੜਾ ਜੀ ਉਹ ਸੱਦਾ ਦਿੱਤਾ ਸੀਗਾ। ਇੱਕ ਕਾਲ, ਉਸ ਤੋਂ ਬਾਅਦ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਲਾਸਟ ਜਿਹੜਾ ਜੀ ਉਸ ਸੈਗਮੈਂਟ ਵੱਲ ਨੂੰ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਜੋ ਕੁਛ ਹੋਇਆ ਉਹ ਅਸੀਂ ਆਪਦੇ ਅੱਖੀਂ ਆਪਦੇ ਹੱਡਾਂ ਤੇ ਭੁਗਤਿਆ। ਮੇਰੇ ਖਿਆਲ ਚ ਜਿਹੜੇ ਕਾਲਰ ਨੇ ਤੁਹਾਨੂੰ ਕਾਲ ਕੀਤੀ ਆ, ਨਾ ਤਾਂ ਉਹਦੇ ਪਰਿਵਾਰ ਦਾ ਕੋਈ ਬੰਦਾ ਗਿਆ ਹੋਣਾ, ਨਾ ਉਹਨੂੰ ਕੋਈ ਇਸ ਗੱਲ ਦਾ ਸੇਕ ਲੱਗਿਆ ਹੋਣਾ ਸ਼ਾਇਦ, ਬਿਲਕੁਲ, ਤੇ ਨਾ ਹੀ ਉਹਨੂੰ ਸੰਤਾਂ ਬਾਰੇ ਕੋਈ ਗਿਆਨ ਆ ਬੰਦੇ ਨੂੰ। ਬਿਲਕੁਲ ਸਹੀ। ਆਈ ਡੋਂਟ ਨੋ ਕਿਹੜੀ ਟ੍ਰਾਂਸਪੋਰਟ ਉਹ ਚਲਾਉਂਦਾ ਸੀ, ਕਿੱਥੇ ਚਲਾਉਂਦਾ ਸੀ,
खैर मैं तो उन्होंने जवाब देता जी कि वह इशू ही नहीं है, साडा सबजैक्ट हो रहा है, असी तो गल जी ह्यूमन राइट्स की कर रहे हैं जी कि दिनों दिन घटती जा रही है मनुखी अधिकारों की। जो मनुखी अधिकारों की गल दोबारा हो लग जाए धन्यवाद लैके आने मुद्दे इस तरह तुम लोग जागृत करते हो तो भाई साहब उन्हों ने भी मैं कहना भी इन्होंने जो कुछ किया भाई साहब तुम अपने रस्ते चलो थोड़ी जित होगी। बहुत मेहरबानी, थैंक यू वेरी मच। सत श्रीकाल जी। हेलो अपनी गल को मैं जवाब देता जी, वैसे मैं जवाब दे दिता, कुछ सतवंत सिंह जी नु कहना चाहते हो, कुछ पूछना चाहते हो? बड़ी मेहरबानी जी, धन्यवाद जी कॉल करने वास्ते। सत श्री अकाल जी। हेलो हेलो, काइंडली टीवी दी आवाज ना सुनो जी, फोन दे उत्ते रहो जी। हाँ जी हाँ जी हाँ जी, की कहना चाहते हो जी? हाँ जी पन्नू साहब जी, वाहेगुरु खालसा वाहेगुरु फतेह जी। हाँ जी हाँ जी, ਇਹ ਪਹਿਲਾਂ ਤੇ ਜਿਹੜੇ ਆਪਣੇ ਸਿੰਘ ਸਾਹਿਬ ਬੈਠੇ ਨੇ ਇਹਦੇ ਮਨੁੱਖੀ ਅਧਿਕਾਰਾਂ ਲਈ ਫਾਈਟ ਕਰ ਰਹੇ ਨੇ, ਇਹਨਾਂ ਨੂੰ ਦਿਲੋਂ ਸਲੂਟ ਆ ਜੀ। ਦੂਜਾ ਜਿਹੜੇ ਆਪਣੇ ਉਹ ਭਾਈ ਸਾਹਿਬ ਨੇ ਪਹਿਲਾਂ ਕਾਲ ਕੀਤੀ ਆ ਵੀ ਮੈਂ ਉੱਥੇ ਦਰਬਾਰ ਸਾਹਿਬ ਸੇਵਾ ਕਰਦਾ ਸੀ, ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦੇ ਆ ਵੀ ਤੁਹਾਨੂੰ ਗਵਰਨਮੈਂਟ ਨੇ ਕਿੰਨੇ ਪੈਸੇ ਪੇ ਕੀਤੇ? ਚਲੋ ਆਪਾਂ ਫੋਨ ਕਰਨ ਲਈ, ਮੇਰਾ ਖਿਆਲ ਆਪਾਂ ਜਿਹਨੇ ਸਤਵੰਤ ਸਿੰਘ ਹੋਰਾਂ ਨੂੰ ਜਿਨ੍ਹਾਂ ਨੂੰ ਲਿਆਂਦਾ ਜੀ ਆਪਾਂ ਉਹਨਾਂ ਦੀ ਗੱਲ ਕਰੀਏ ਜੋ ਇਹ ਕਰ ਰਹੇ ਨੇ। ਨਹੀਂ ਉਹਨਾਂ ਨੂੰ ਤੇ ਸਾਡਾ ਦਿਲੋਂ ਸਲੂਟ ਆ ਜੀ, ਜੇ ਉਹ ਸੱਚੀ ਮਨੁੱਖੀ ਅਧਿਕਾਰਾਂ ਦੀ ਜੋ ਦੱਸ ਰਹੇ ਨੇ। ਨਹੀਂ ਜੀ ਲੜਾਈ ਲੜੀ ਹੈ ਜੀ ਸੱਚੀ ਮੁੱਚੀ ਵਾਲੀ, ਸੱਚੀ ਮੁੱਚੀ ਵਾਲੀ। ਹਾਂ ਜੀ ਤੁਹਾਨੂੰ ਵੀ ਸਲੂਟ ਆ, ਤੁਸੀਂ ਇਹੋ ਜਿਹੇ ਮੁੱਦੇ ਲੈ ਕੇ ਆਉਂਦੇ ਹੋ। ਬਹੁਤ ਮਿਹਰਬਾਨੀ। ਇਹੋ ਜਿਹੇ ਇੰਡੀਅਨ ਗਵਰਨਮੈਂਟ ਦੇ ਕਰਪਟ ਬੰਦੇ, ਪੇੜ ਬੰਦੇ ਇਹੋ ਜਿਹੀਆਂ ਕਾਲਾਂ ਕਰਦੇ ਨੇ, ਦੁਰ ਲਾਂ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ। ਆਪਾਂ ਤਕਰੀਬਨ ਜਿਹੜੀਆਂ ਜੀ ਕਿਉਂਕਿ ਕਾਲ ਜਿਹੜੀਆਂ ਵੈਸੇ ਤਾਂ ਆ ਰਹੀਆਂ ਨੇ, ਪਰ ਸਤਵੰਤ ਸਿੰਘ ਜੀ ਮੈਂ ਤੁਹਾਡੇ ਤੋਂ ਕਿਉਂਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ, ਇੰਨਾ ਕੁਛ ਦੇਖਿਆ, ਕੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅੱਗੇ ਜਿਹੜੀ ਇਹ ਲੜਾਈ ਹੈ ਜੀ ਐਕਚੁਅਲੀ? ਕਿਉਂਕਿ ਇੱਕ ਮੈਨੂੰ ਕਹਿੰਦੇ ਜੀ ਜੇ ਸੱਚੀ ਮੁੱਚੀ ਲੜ ਰਹੇ ਨੇ, ਸੱਚੀ ਮੁੱਚੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਜੀ, ਇਹ ਤਾਂ ਨੰਗਾ ਚਿੱਟਾ ਜਿਹੜਾ ਜੀ ਉਹ ਸੱਚ ਹੈ ਜਿਹੜੀ ਲੜਾਈ ਤੁਸੀਂ ਲੜ ਰਹੇ ਹੋ, ਔਰ ਇੰਨੇ ਸਾਲਾਂ ਤੋਂ ਲੜ ਰਹੇ ਹੋ, ਇਹ ਸੌਖੀ ਨਹੀਂ ਹੈ ਜੀ। ਮੈਂ ਸਿੰਪਲ ਦੱਸਾਂ ਆਪਣੇ ਪਿੰਡੇ ਦੇ ਉੱਤੇ ਜਿਹੜੇ ਜੀ ਉਹ ਹੰਡਾਉਣੀ ਕੋਈ ਸੌਖੀ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਆਪਣਾ ਭਾਈ ਸਾਹਿਬ ਆਏ ਬਹੁਤ ਵਧੀਆ ਬੰਦਾ ਆ, ਗੱਲ ਕਰ ਰਿਹਾ, ਜਿਹੜੇ ਦੂਸਰੇ ਉਲਟ ਜਵਾਬ ਦਿੰਦੇ ਆ ਨਾ ਉਹ ਗਲਤ ਆ ਸਾਰਾ। ਕੋਈ ਗੱਲ ਨਹੀਂ ਜੀ, ਉਹਨਾਂ ਨੂੰ ਛੱਡੋ ਜੀ, ਆਪਾਂ ਉਹਨਾਂ ਨੂੰ ਭੁੱਲ ਜਾਈਏ, ਭਾਈ ਸਾਹਿਬ ਦੀ ਗੱਲ ਜਿਹੜੀ ਹੈ ਜੀ ਉਹ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਨਹੀਂ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਸਤਵੰਤ ਜੀ, ਕਾਈਂਡਲੀ ਹੋਰ ਕਾਲ ਜਿਹੜੀ ਉਹ ਨਾ ਕਰਨਾ ਕਿਉਂਕਿ ਪ੍ਰੋਗਰਾਮ ਤਕਰੀਬਨ ਸਮਾਪਤੀ ਵੱਲ ਨੂੰ ਜਾ ਰਿਹਾ। ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ, ਕਿੱਥੇ ਲੜਾਈ ਖੜੀ ਆ ਔਰ ਅੱਗੋਂ ਇਹਨੂੰ ਕਿਵੇਂ ਤੁਸੀਂ ਕਿੱਥੋਂ ਤੱਕ ਲਿਜਾਓਗੇ ਜੀ? ਹਾਂਜੀ, ਇਹ ਜਿਹੜੀ ਲੜਾਈ ਆ ਹੁਣ ਸੁਪਰੀਮ ਕੋਰਟ ਦੇ ਵਿੱਚ ਮੈਂ ਅਰਲੀ ਹੀਅਰਿੰਗ ਕਰਕੇ ਆਈ। ਤੁਹਾਨੂੰ ਆਸਟ੍ਰੇਲੀਆ, ਕੈਨੇਡਾ, ਅਮਰੀਕਾ, UK ਸਾਰੇ ਜਗ੍ਹਾ ਦੇ ਉੱਤੇ ਜਿਹੜੇ ਲੋਕ ਉਹ ਦੇਖ ਰਹੇ ਨੇ, ਜੋ ਵੀ ਤੁਸੀਂ ਕਹਿਣਾ ਚਾਹੋ। ਮੈਂ ਇੱਕ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਅਤੇ ਬੇਨਤੀ ਵੀ ਕਰਨੀ ਚਾਹੁੰਦਾ ਵੀ ਮੈਂ ਤਾਂ ਆਪਦਾ ਨੁਕਸਾਨ ਬਹੁਤ ਕਰ ਲਾਂਗਾ, ਮੇਰੇ ਬੱਚਿਆਂ ਦਾ ਭਵਿੱਖ ਬਹੁਤ ਧੁੰਦਲਾ ਹੋ ਗਿਆ, ਮੇਰੇ ਬੱਚਿਆਂ ਨੂੰ ਜੇ ਕੌਮ ਚਾਹੇ ਤਾਂ ਮੇਰੇ ਇੱਥੇ ਵੀ ਸੈਟਲ ਕਰ ਸਕਦੀ ਜਾਂ ਕੋਈ ਬਾਹਰ ਸੈਟਲ ਕਰ ਲਏ, ਅਤੇ ਬਹੁਤ ਬਹੁਤ ਧੰਨਵਾਦ ਹੈ। ਅਤੇ ਕਿਉਂਕਿ ਸ਼ਹੀਦ ਪਰਿਵਾਰਾਂ ਦੇ ਸਾਰੇ ਬੱਚੇ ਤਕਰੀਬਨ ਸੈਟਲ, ਕਿਤੇ ਮੇਰਾ ਵੀ ਇਸ ਤਰ੍ਹਾਂ ਹੋ ਜਾਵੇ ਅਤੇ ਮੈਨੂੰ ਮੰਗਣ ਦੀ ਲੋੜ ਨਾ ਪਏ, ਕਿਤੇ ਵੰਡਣ ਵਾਲਾ ਮੈਨੂੰ ਵੀ ਬਣਾ ਦਿਓ। ਇਹ ਖਾਸ ਕਰਕੇ ਮੇਰੀ ਇੱਕ ਕੌਮ ਨੂੰ ਬੇਨਤੀ ਹੈ, ਕਿਉਂਕਿ ਜਿਵੇਂ ਮੇਰੀਆਂ ਡਿਫੀਕਲਟੀਆਂ ਆ ਰਹੀਆਂ, ਜਿਵੇਂ ਹੁਣ ਬੱਚੀ MPhil ਦੀ ਐਡਮਿਸ਼ਨ ਹੀ ਨਹੀਂ ਕਰਾ ਸਕੀ, ਸੀਟ ਮਿਲੀ ਖੁੱਸ ਗਈ। ਜਿਹੜੀ ਲੜਾਈ ਦੀ ਮੈਂ ਗੱਲ ਕੀਤੀ, ਹਾਂ ਜਿਹੜੀ ਲੜਾਈ ਦੀ ਗੱਲ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਹੈ, ਇਹ ਇੱਕ ਦਿਨ ਅਸੀਂ ਜਿੱਤਣਾ ਹੀ, ਕਿਉਂਕਿ ਸਾਡੇ ਪ੍ਰੂਫ ਹੀ ਇੰਨੇ ਵਧੀਆ, ਇੰਨੇ ਤਗੜੇ ਹੈ, ਅਸੀਂ ਜਿੱਤਣਾ ਔਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਾ ਅਸੀਂ ਡਰਨਾ ਅਤੇ ਨਾ ਹੀ ਵਿਕਣਾ। ਆਉਣਗੇ ਸਾਡੇ ਕੋਲ, ਆਈ ਜਾਣ, ਅਸੀਂ ਵਿਕਣਾ ਨਹੀਂ, ਡਰਨਾ ਨਹੀਂ, ਨਾ ਡਰੇ ਹਾਂ। 93 ਤੋਂ ਲੈ ਕੇ ਅੱਜ ਤੱਕ ਲੜਾਈ ਲੜੀ ਹੈ ਅਤੇ ਲੜਦੇ ਰਹਾਂਗੇ। ਤੋ ਜਿਹੜੀਆਂ ਮੁਸ਼ਕਲਾਂ ਦੀ ਗੱਲ ਤੁਸੀਂ ਕਰ ਰਹੇ ਹੋ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਆ ਰਹੀਆਂ ਨੇ, ਤੁਸੀਂ ਬਿਹਤਰ ਇਹੀ ਹੈ ਕਿ ਜਿਸ ਸੰਸਥਾ ਦੇ ਨਾਲ ਜੁੜੇ ਹੋ, ਜਿਹੜੀ ਖਾਲੜਾ ਮਿਸ਼ਨ ਹੈ ਉਹਦੇ ਨਾਲ ਤੁਸੀਂ ਜੁੜੇ ਰਹੋ ਅਤੇ ਫਿਰ ਉਹ ਬੈਟਰ ਰਹੂਗਾ। ਉਹ ਤਾਂ ਜੁੜੇ ਆਲਰੇਡੀ ਜੁੜੇ ਹੈ, ਪਰ ਗੱਲ ਇਹ ਵੀ ਜਿਵੇਂ ਫਾਈਨੈਂਸ਼ੀਅਲੀ ਮਤਲਬ ਪ੍ਰੋਬਲਮ ਆ ਜਾਂਦੀਆਂ, ਘਰੇਲੂ ਪ੍ਰੋਬਲਮ ਆ ਜਾਂਦੀਆਂ,
ਉਹ ਵੀ ਮਿਸ਼ਨ ਇੱਕ ਦੂਜਾ ਸਿੰਪਲ ਜੇ ਆਪਣੇ ਵਰਗੇ ਬੰਦੇ ਇਕੱਠੇ ਹੋਏ ਸਰਪੰਚ ਸਿੰਘ ਜੀ ਇਉਂ ਨਹੀਂ ਹੁੰਦਾ ਕਿ ਜਦੋਂ ਆਪਾਂ ਇਹ ਗੱਲ ਕਰ ਦਿੰਦੇ ਹਾਂ ਕਿ ਮੇਰੇ ਬੱਚਿਆਂ ਨੂੰ ਤੁਸੀਂ ਸੈਟਲ ਕਰ ਦਿਓ ਇਹ ਲੜਾਈ ਜਿਹੜੀ ਬਹੁਤ ਵੱਡੀ ਲੜਾਈ ਆ ਉਹ ਫਿਰ ਛੋਟੀ ਲੱਗਣ ਲੱਗ ਜਾਂਦੀ ਨਾ ਨਾ ਛੋਟੀ ਨਹੀਂ ਲੜਾਈ ਤਾਂ ਸਿਰੇ ਤੱਕ ਹੀ ਜਾਊਗੀ ਲੜਾਈ ਤੋਂ ਨਹੀਂ ਪਛਾਣਨਾ ਗੱਲ ਇਹ ਵੀ ਅੱਜ ਅਸੀਂ ਡਿਮਾਂਡ ਕਰਦੇ ਹਾਂ ਮੁੜ ਕੇ ਡਿਮਾਂਡ ਕਰਨੇ ਨੇ ਅਸੀਂ ਕਿਸੇ ਦੀ ਸਪੋਰਟ ਕਰਨ ਵਾਲੇ ਬਣੀਏ ਸਤਵੰਤ ਸਿੰਘ ਹੁਰੀ ਕਿਤੇ ਆਪਣੇ ਬੱਚਿਆਂ ਦੀ ਖਾਤਰ ਟੁੱਟ ਤਾਂ ਨਹੀਂ ਜਾਣਗੇ ਜੀ ਨਾ ਜੀ ਨਾ ਬਿਲਕੁਲ ਹੀ ਨਹੀਂ ਇਹ ਤਾਂ ਜੇ ਟੁੱਟਣਾ ਹੁੰਦਾ ਤਾਂ ਹੁਣ 1.5-2 ਕਰੋੜ ਰੁਪਈਆ ਦਿੰਦੇ ਤਾਂ ਮੈਂ ਉਹ ਨਹੀਂ ਮੈਨੂੰ ਦੱਸ ਰਿਹਾ ਬੜੀ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਸਤਵੰਤ ਸਿੰਘ ਮਾਨਕ ਜੀ ਜੇ ਅੱਗੇ ਜ਼ਰੂਰਤ ਪਈ ਤਾਂ ਜਸ ਪੰਜਾਬੀ ਤੁਹਾਡੇ ਵਾਸਤੇ ਹਾਜ਼ਰ ਹੈ ਕਦੇ ਵੀ ਤੁਸੀਂ ਸੁਨੇਹਾ ਲਾਉਣਾ ਚਾਹੋ ਕੋਈ ਵੀ ਸਾਰੇ ਵਿਦੇਸ਼ਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਖੀਰ 'ਚ ਮੈਂ ਤਾਂ ਸਾਰੀ ਸਿੱਖ ਕੌਮ ਨੂੰ ਏਕਤਾ ਖਾਸ ਕਰਕੇ ਬੇਨਤੀ ਇਹ ਕਰ ਵੀ ਇੱਕਜੁੱਟ ਹੋ ਜਾਓ ਨਾ ਹੀ ਲੁੱਟੇ ਜਾਈਏ ਨਾ ਕੁੱਟੇ ਜਾਈਏ ਇਸ ਕਰਕੇ ਅਸੀਂ ਲੁੱਟੇ ਕੁੱਟੇ ਜਾਂਦੇ ਸਾਡੇ ਅੱਡੋ ਅੱਡੀ ਧੜੇ ਬਣੇ ਆ ਅਤੇ ਕੌਮ ਇੱਕ ਮੁੱਠ ਜ਼ਰੂਰ ਹੋ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸੋ ਮੇਰੇ ਮਿੱਤਰ ਜੋ ਇਸ ਆਸ 'ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਇਹ ਸੀ ਜੀ ਅੱਜ ਦਾ ਪ੍ਰੋਗਰਾਮ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਕਿਉਂਕਿ ਜੋ ਕੁਝ ਚੱਲ ਰਿਹਾ ਜਿੱਥੋਂ ਮੈਂ ਸਟਾਰਟਿੰਗ ਕੀਤੀ ਸੀ ਇਹ ਪੂਰੇ ਦਾ ਪੂਰਾ ਹਫ਼ਤਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਹਦੇ ਉੱਤੇ ਗੱਲਬਾਤ ਜਿਹੜੀ ਆ ਜੀ ਉਹ ਹੁੰਦੀ ਰਹੀ ਆ ਲਗਾਤਾਰ ਹੁੰਦੀ ਰਹੀ ਆ ਹਾਂ ਇੱਕ ਟੋਪਿਕ ਇਹਦੇ ਵਿੱਚੋਂ ਜਿਹੜਾ ਜੀ ਥੋੜ੍ਹਾ ਜਿਹਾ ਮਿਸ ਵੀ ਹੋਇਆ ਜਿਹੜਾ 21 ਦੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਰ ਰਹੇ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਣੀ ਚਾਹੀਦੀ ਆ ਕਿ ਉਹ 21 ਕੌਣ ਸਨ ਉਹਨਾਂ ਨੂੰ ਕਿਹਨੇ ਮਾਰਿਆ ਇਹਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਨਾਲ ਫਾਇਰ ਲਾਈਨ ਦੇ ਵਿੱਚ ਹਾਜ਼ਰ ਹੋਊਂਗਾ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ